जिहड़ा आल इंडिया इमाम ऑर्गेनाइजेशन दा हैड आ डॉक्टर उमर अहमद अलियासी राम मंदिर वाले प्रोग्राम च गया सीगा जिथे मोदी ने प्राण प्रतिष्ठा वाला प्रोग्राम कीता है। उन्हें कहा भी पुरानियां दुश्मनियां जिहड़ियां नेगियां हुण उन्हां नूं खत्म करन दा वेला आ गया वा ते असीं भारती हां भारत विच इक नवां युग जिहड़ा आ रिहा ਇਹਦੇ ਵਿੱਚ ਸਾਨੂੰ ਹਿੰਦੂ ਅਤੇ ਮੁਸਲਮਾਨ ਨੂੰ ਇਕੱਠਿਆਂ ਨੂੰ ਲੈ ਕੇ ਤੁਰਨਾ ਪਊ ਜੇ ਵੋ ਇਹ ਅਸਲ ਵਿੱਚ ਭਾਰਤੀ ਮੁਸਲਮਾਨ ਦੀ ਹਾਰੀ ਹੰਭੀ ਹੋਈ ਘਿਰੀ ਹੋਈ ਇੱਕ ਮਾਨਸਿਕਤਾ ਦਾ ਪ੍ਰਤੀਕ ਆ ਤੇ ਜਿਹੜੀ ਸਿੱਖ ਲੀਡਰਸ਼ਿਪ ਆ ਸਾਡੀ ਧਾਰਮਿਕ ਅਤੇ ਸਿਆਸੀ ਉਹ ਵੀ ਇਵੇਂ ਸੋਚਦੀ ਆ। ਸੱਚਾਈ ਇਹ ਆ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਸਿੱਖ ਜਗਤ ਦੀਆਂ ਭਾਵਨਾਵਾਂ ਪਹਿਲਾਂ ਹੀ ਪਿਛਲੇ ਇੱਕ ਮਹੀਨੇ ਤੋਂ ਧੂੰਆਂਧਾਰ ਤਰੀਕੇ ਨਾਲ ਇਸ ਮਸਲੇ ਉੱਤੇ ਜ਼ਾਹਿਰ ਨਾ ਹੋਈਆਂ ਹੁੰਦੀਆਂ। ਤਾਕਤਾਂ ਦੇ ਜਥੇਦਾਰਾਂ ਨੇ ਚਲੇ ਜਾਣਾ ਸੀ, ਬਾਦਲ ਹੋਣਾ ਨੇ ਵੀ ਚਲੇ ਜਾਣਾ ਸੀ। ਸਿੱਖ ਕੌਮ ਦੇ ਆਗੂਆਂ ਨੇ ਹਿੱਸਿਆਂ ਨੇ ਰਾਮ ਮੰਦਿਰ ਦੀਆਂ ਵਧਾਈਆਂ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਗੱਲ ਨਾਲ ਸਹਿਮਤੀ ਦਰਸਾਈ। ਸੋ ਸਾਡੇ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਦੇ ਵਿੱਚ ਇੱਕ ਕਾਜ ਆਇਆ ਹੋਇਆ ਵਾ, ਇੱਕ ਕਾਣ ਆਈ ਹੋਈ ਆ, ਆਪਾਂ ਇਹਨੂੰ ਮੰਨ ਲਈਏ। ਹੈ ਨੀ ਲੱਤਾਂ 'ਚ ਜਾ ਰਹੇ, ਇਵੇਂ ਆਪਾਂ ਆਪਦੇ ਆਪ ਨੂੰ ਧੋਖਾ ਜਿਹਾ ਦਿੰਦੇ ਰਹੀਏ ਵੀ ਬੜੇ ਅੜ ਜਾਣਗੇ। ਜਿਹੜੀ ਸਿੱਖਾਂ ਦੀ ਰਾਜਨੀਤਿਕ ਲੀਡਰਸ਼ਿਪ ਬਾਦਲ ਦੇ ਝੰਡੇ ਹੇਠ ਉਹ ਸਾਰੀਆਂ ਕਰਤੂਤਾਂ ਕਰਨ ਕਰਾਉਣ ਨੂੰ ਹਰ ਵੇਲੇ ਤਿਆਰ ਆ, ਜਿਹੜੀਆਂ ਬੀਜੇਪੀ ਵਾਲੇ ਆਰਐਸਐਸ ਵਾਲੇ ਕਹਿੰਦੇ ਆ ਵੀ ਆਹ ਕਰੋ ਉਹ ਕਰੋ, ਜਾਂ ਭਾਰਤ ਦੀ ਕਿਸੇ ਵੀ ਸਿਆਸੀ ਧਿਰ ਵਿੱਚ ਜਿਹੜੇ ਸਿੱਖ ਲੀਡਰ ਨੇ ਆਗੂ ਨੇ, ਇਹਨਾਂ ਤੋਂ ਕਿਹਨੂੰ ਆਸ ਹੋ ਸਕਦੀ ਆ ਵੀ ਇਹ ਕਦੇ ਸਿੱਖੀ ਲਈ ਅੜ ਸਕਦੇ? ਇਹਨਾਂ ਨੂੰ ਤਾਂ ਜਿੱਥੇ ਮਰਜ਼ੀ ਮੱਥਾ ਟਿਕਾ ਲਓ। ਸਾਡੇ ਧਰਮ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ 18ਵੀਂ ਸਦੀ ਦੇ ਵਿੱਚ ਉਦੋਂ ਸਾਡੇ ਨਾਲ ਕੋਈ ਵੀ ਨਹੀਂ ਸੀ, ਚੱਪੇ ਚੱਪੇ ਉੱਤੇ ਮੌਤ ਸਾਨੂੰ ਘੇਰਦੀ ਸੀ, ਅਸੀਂ ਤਾਂ ਉਦੋਂ ਲੜੇ, ਉਦੋਂ ਆਪਦੀ ਹੋਂਦ ਹਸਤੀ ਲਈ ਅਸੀਂ ਤਾਂ ਰਾਜ ਸਿਰਜ ਲਏ ਸੀ। ਤੇ ਅੱਜ ਤਾਂ ਸਾਡੇ ਕੋਲੇ ਇੱਕ ਹੋਰ ਵਾਧਾ ਵੀ ਆ ਕਿ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ ਬੈਠੇ ਆ ਜਿਹੜੇ ਸਾਡੇ ਨਾਲੋਂ ਵੀ ਵੱਧ ਪੰਥ ਲਈ ਕੁਛ ਕਰਨ ਕਰਾਉਣ ਦੇ ਸਮਰੱਥ ਨੇ। ਸਾਡੇ ਵੀ ਬਹੁਤ ਸਾਰੇ ਬੰਦਿਆਂ ਨੇ ਇਹੋ ਜਿਹੀਆਂ ਕਥਾਵਾਂ, ਇਹੋ ਜਿਹੇ ਗ੍ਰੰਥ, ਇਹੋ ਜਿਹੀਆਂ ਗੱਲਾਂ ਕਰਨੀਆਂ ਕਰਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਹਿੰਦੂ ਭਾਈਚਾਰੇ ਦੇ ਹਿੰਦੂ ਕੱਟੜਪੰਥੀ ਲੋਕ ਬੜੀ ਮੌਜ ਨਾਲ ਕਹਿ ਸਕਦੇ ਆ ਕਿ ਜੀ ਦਰਬਾਰ ਸਾਹਿਬ ਤਾਂ ਵਿਸ਼ਨੂੰ ਦਾ ਮੰਦਰ ਆ। ਤਾਂ ਬਹੁਤ ਸਾਰੇ ਬੰਦਿਆਂ ਨੇ ਉੱਥੇ ਜਾ ਕੇ ਸਟੋਰੀਆਂ ਕੀਤੀਆਂ ਨੇ ਅਯੋਧਿਆ 'ਚ, ਉਹ ਕਹਿੰਦੇ ਇੱਥੇ ਤਾਂ ਹੋਰ ਬਹੁਤ ਮੰਦਰ ਆ, ਬਹੁਤ ਸਾਰੇ ਮੰਦਰਾਂ ਦੇ ਵਿਚਾਲੇ ਬਾਬਰੀ ਮਸਜਿਦ ਵਾਲੇ ਥਾਂ ਤੇ ਵੀ ਮੰਦਰ ਹੋਊਗਾ ਕਦੇ, ਜਿਹੜਾ ਇਹਨਾਂ ਨੇ ਢਾਤਾ ਹੋਣਾ ਮੁਸਲਮਾਨਾਂ ਨੇ ਤੇ ਉੱਥੇ ਆਪਦੀ ਮਸਜਿਦ ਬਣਾ ਲਈ ਹੋਣੀ ਆ ਤੇ ਹਿੰਦੂ ਸੱਚੇ ਨੇ। ਭਾਈ ਇਹੀ ਕੰਮ ਆਪਣੇ ਨਾਲ ਵੀ ਹੋ ਸਕਦਾ। ਪਿਛਲੇ 40-50 ਸਾਲਾਂ ਦੇ ਵਿੱਚ ਜਦੋਂ ਰਾਮ ਮੰਦਿਰ ਵਾਲਾ ਮੁੱਦਾ ਉੱਧਰ ਭਗਿਆ ਹੋਇਆ ਸੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਮਣਾ ਮੂੰਹ ਮੰਦਰ ਬਣਾਏ ਦਿੱਤੇ, ਹਰਿਮੰਦਰ ਸਾਹਿਬ ਅੱਖਰ ਦੇ ਬਹਾਨੇ ਉਹ ਕਹਿੰਦੇ ਆ ਜੀ ਮੰਦਰਾਂ ਦੇ ਵਿਚਾਲੇ ਬਾਕੀ ਹਿੰਦੂ ਮੰਦਰਾਂ ਦੇ ਵਿਚਾਲੇ ਇਹ ਵੀ ਮੰਦਰ ਆ। ਜੇ ਸਾਡੇ ਨਾਲ ਆ ਕੁਛ ਵਾਪਰਿਆ ਤੇ ਆਪਾਂ ਉਦੋਂ ਕੀ ਕਰਾਂਗੇ? ਇਹ ਗੱਲ ਵੱਖਰੀ ਆ ਕਿ ਅਜੇ ਸਾਡੇ ਲੱਤਾਂ 'ਚ ਜਾਨ ਹੈਗੀ ਆ ਕੌਮ ਦੇ ਵਿੱਚ, ਲੀਡਰਸ਼ਿਪ ਵਾਲੇ ਪਾਸਿਓਂ ਬਿਲਕੁਲ 100% ਨਹੀਂ 200% ਨਾ ਆ, ਉਹ ਸਾਰੇ ਦੇ ਸਾਰੇ ਹਾਰੇ ਹੰਭੇ ਹੋਏ ਨੇ, ਉਹ ਹਿੰਦੂ ਚੇਤਨਾ ਦੇ ਮੂਹਰੇ ਗੋਡੇ ਟੇਕ ਚੁੱਕੇ ਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਨ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਰੀ ਮਸਜਿਦ ਵਾਲੇ ਮਸਲੇ ਉੱਤੇ ਅੱਜ ਆਪਾਂ ਚਰਚਾ ਕਰਨੀ ਆ ਤੇ ਮੈਂ ਸ਼ੁਰੂ ਵਿੱਚ ਹੀ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਰੀ ਗੱਲ ਜਿਹੜੀ ਹੈ ਉਹ ਆਪਾਂ ਸਿੱਖ ਕੌਮ ਦੇ ਨਜ਼ਰੀਏ ਤੋਂ ਇਸ ਮਸਲੇ ਬਾਰੇ ਸਾਡਾ ਪੱਖ ਕੀ ਬਣਦਾ ਇਹਦੇ ਬਾਰੇ ਕਰਨੀ ਆ। ਇਸ ਕਰਕੇ ਪੂਰੀ ਗੱਲਬਾਤ ਜਿਹੜੀ ਸੁਣ ਕੇ ਸਮਝ ਕੇ ਸਾਨੂੰ ਇਹਦੇ ਵਿੱਚੋਂ ਉਹ ਗੱਲ ਲੱਭਣੀ ਚਾਹੀਦੀ ਆ ਕਿ ਸਾਡੇ ਲਈ ਇਹ ਗੱਲ ਕੀ ਅਰਥ ਰੱਖਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਬਾਬਰੀ ਮਸਜਿਦ ਵਾਲੇ ਮਸਲੇ ਵਿੱਚ ਰਾਮ ਮੰਦਿਰ ਬਣ ਗਿਆ ਜਾਂ ਬਣ ਰਿਹਾ ਹੈ ਤੇ ਉੱਥੇ ਰਾਮ ਲੱਲਾ ਕਹਿੰਦੇ ਆ ਵੀ ਰੱਖ ਕੇ ਮੋਦੀ ਨੇ ਉਹਦਾ ਪ੍ਰਾਣ ਪ੍ਰਤਿਸ਼ਠਾ ਜੋ ਵੀ ਉਹਨਾਂ ਦਾ ਹੁੰਦਾ ਉਹ ਕਰਤਾ, ਇਹ ਸਾਰੀਆਂ ਗੱਲਾਂ ਤਾਂ ਆਮ ਨੇ, ਇਹ ਸਭ ਨੂੰ ਹੀ ਪਤਾ। ਪਰ ਜਿਹੜੀ ਅਸਲ ਵਿੱਚ ਗੱਲ ਆ ਉਹਨੂੰ ਸਮਝਣ ਦੀ ਲੋੜ ਆ। ਇੱਕ ਚੀਫ ਇਮਾਮ ਆ ਜਿਹੜਾ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦਾ ਹੈੱਡ ਆ, ਡਾਕਟਰ ਉਮਰ ਅਹਿਮਦ ਅਲਿਆਸੀ,
मैं स्रोतियां नूं पाठकां नूं बेनती करांगा भी सोशल मीडिया उत्ते यूट्यूब चैनलों के उत्ते ते गूगल ते सर्च मार के इस बंदे दे बारे डॉक्टर उमर अहमद अलियासी बारे पढ़न समझन क्योंकि सानू इस चीज की लोड़ वा साडी कौम नूं। यह वह बंदा है जिहड़ा मुसलमाना दे विच्चों वड्डी धिर जां वड्डे आगू दे वल्लों वजों राम मंदिर वाले प्रोग्राम च गया सीगा जिथे मोदी ने प्राण प्रतिष्ठा वाला प्रोग्राम किया ते उत्थों बाद विच उहने जिहड़ी आके बयानबाजी की है उहदे विच उहने कहा भी पुरानियां दुश्मनियां जिहड़ियां नेगियां हुण उहनां नूं खत्म करन दा वेला आ गया वा ते असीं भारती हाँ भारत की तरक्की लई इत्थे लाभ लई मुहब्बत लई मतलब सारा पुराना जिहड़ा खत्म करके असीं हिंदू ते मुसलमान दा अगे वधीए ते बीते नूं भुल जाइए। वह जो सारी ओरी गलबात कोई बंदा पढ़ता सुनता समझता तो वो एक मुसलमान चेतना का एहसास हों जी हारी हुई है जी हंबी हुई है जी चारे पास्यों बिलकुल बेजार मेरा कोई वोट आसरा तो है नहीं तो मैं कि सिर पर पंगा लवान मेरे च आपदे जपान नहीं तो मैं की करा तो की ना कर। मुसलमान चेतना की इस सारी पेशकारी इस सारी इस सारे एहसास जिहड़ा डॉक्टर उमर अहमद अलियासी है ये भारतीय मुसलमाना की उस चेतना का प्रगटावा कर रहा जिहदे बारे अज सानू बड़ी गहर गंभीरता नाल सोचण समझण ते मनण की लोड़ कि की सिखां दे आगू आ जिहड़े इस वेले साडे धार्मिक ते सियासी आगू ओ भी कितने डॉक्टर उमर अलियासी वांगू तां नहीं हैगे। हुण साडे बहुत सारे भैण भरा इस गल दे उत्ते किंतु परंतु कर सकदे आ पर सच्चाई यह आ भी जे सोशल मीडिया ना हुंदा ते सिख जगत दीआं भावनावां पहलां ही पिछले एक महीने तो धुआंधार तरीके नाल इस मसले उत्ते जाहिर ना होईआं हुंदीआं ताकतां दे जथेदारां ने चले जाणा सी बादल खां ने भी चले जाणा सी जान या ना जान दे पिछे जिहड़ी तर्क वा साडी जां दलील आ उह वी कोई लुकी छिपी नहीं पर उदों इहनां नूं इह गल्लां सारीआं इहनां ने कोई ना कोई बहाना कोई ना कोई राह लभ ही लैणा सी जे जाणा हुंदा। इह वी उहो जिही ने जिहो जिहे मुसलमानां दे उह लीडर ने जिन्हां नूं पूरे दा पूरा इस्लाम माड़ा मंनदा जिन्हां दे तौर तरीकिआं तों मुसलमान भाईचारा बहुत उहनां दी आलोचना करदा पर वह कोई ना कोई ढंग तरीका कोई ना कोई तर्क कोई बहाना कोई आधार बना के राम मंदिर वाले प्रोग्राम के हक में भुगत रहे। साढ़े बड़े होर सिख कौम के आगुआ ने हिस्सा ने राम मंदिर दधाइया दे के जां किसी होर तरीके इस गल ना सहमति दर्शाई है। सो साढ़े धार्मिक सियासी लीडरशिप के एक काज आया होया वा एक कान आई हुई आ आप इन मान ली है नहीं लत्त च जा रहा है नहीं आप आपदे आप धोखा जहा दे रही है भी बड़े अड़ जाएंगे कितने सरदार सुखबीर सिंह बादल अड़ जूगा कदे जिन्होंने जो उन्होंने सत्ता की सांझ सी इन्होंने हिंदू सिख एकता के नाव हेठ वो सारा कुछ किया जिहड़ा सिख कौम सतगुरां ने मना किया हो जिहड़ा सानू स्पष्ट हदायत आ कि जब लग खालसा रहे न्यारा तब लग तेज द्यों मैं सारा जब जे गहें विपरन की रीत मैं ना करूँ इनकी प्रतीत ये सारे कासे नूं त्याग के भुल के ठोकर मार के पैर हेठ लताड़ के जिहड़ी सिखां दी राजनीतिक लीडरशिप बादल दे झंडे हेठ वह सारियां करतूतां करन कराउण नूं हर वेले तैयार आ जिहड़ियां इन्हां नूं बीजेपी वाले आर एस एस वाले कहिंदे आ वी आह करो वह करो इन्हां तों आस करनी जां इहो जिहे होरनां तों जिहड़े कांग्रेस दे विच सिख लीडर आ बीजेपी च सिख लीडर आ जां किसे होर सियासी धिर विच सिख लीडर आ भारत की किसी भी सियासी धिर विच जिहड़े सिख लीडर ने आगू ने इन्हां तों किहनूं आस हो सकती आ वी इह कदे सिखी लई अड़ सकदे इन्हां नूं तां जिथे मर्जी मत्था टका लो जी जो मर्जी इन्हां तों खा लो इह कहिण लई तैयार ने ते पिछले पंज चार दिनां च इहो जिहे बड़े सिख लीडरां दे सिख चेहरे वालिआं दे बयान आए नहीं चाहे तुसीं उह लालपुरे नूं देख लो चाहे किसी होर नूं देख लो बड़िया दे बयान मतलब आए ने जिहड़े कि सिख नजरिए तो बिलकुल ही गलत ने बेलोड़े ने और झूठे ने बिलकुल उन्होंने आपदे हिसाब नाल गल्लां करदे ते धार्मिक लीडरां दे विच्चों भी किसी तो
कोई बहुती आस रखने की लोड़ नहीं है, इन आपके आप धोखा देना। जेकर कि आप जाना हो आपां 5,000 रुपये की लोड़ हो, 5 रुपये जेब च हो, तो झूठ बोलीए कि अपने को 5,000 नहीं अपने को 50,000 ने, तो फिर आप खता खावे धोखा खावे। सो इस वेले सिखां दी जिहड़ी मौजूदा लीडरशिप आ इह इक दबाव हेठ जां होर बहुत सारे कारण ने जिन्हां कारणां करके पचदी आ नहीं, इन्हां दा भी जी करदा भी असीं भी भारतीय जनता पार्टी जां भागवें ब्रिगेड की बोली बोलीए। गल कल्ली भाजपा जां भागवें ब्रिगेड तक नहीं है, इस मुल्क दे विच साडे नाल ठगी बज चुकी आ। 1950 विच जिहड़ा भारत ने संविधान लागू करके जिहदे आधार दे उत्ते कहा भी धर्म निरपक्ष मुल्क होगा, वह धर्म तो निरपक्ष मुल्क जिहड़ा है जिहदे विच न्यायपालिका कानून पालिका कार्यपालिका सब थां दे उत्ते हिंदू तवी जां बहुगिणती दा जिहड़ा सोच आ वह भारू रहिंदी है। साडे नाल जो कुत्ते खाणी 1947 तो हो रही है, वह तो कांग्रेस ने करती जिहड़ी धर्म निरपक्ष कहाउंदी सी, ते भाजपा वह कित्थे जिहड़ी हिंदू तव दे झंडा चक्के तुरदी है, वह साडा की हाल करू। सो साडा धर्म साडी बोली साडा सभ्याचार सब कुछ बहुत वड्डे खतरे हेठ ने। कांग्रेस ने कसर कोई नहीं छड्डी, कामरेड साडे ऊं बैरी ने, ते भाजपा वह सिद्धी हुई सिखां नूं हिंदू कहिंदी। सो साडे लई आउण वाला समां बेहद संवेदनशील आ, बहुत ही खतरनाक आ। सानू सोच समझ के वह लीडरशिप जिहड़ी धोखा देण नूं तैयार बैठी आ, कोई मतलब नहीं उहनां नूं वी तुहाडे धर्म दे सरोकार की ने। जिहड़े डेरा सरसे दीआं 4 वोटां लई अकाल तख्त नूं मजबूर कर सकदे आ कि जी इहनां नूं माफ कर दिओ, बिना माफी मंगिआं ही माफी। जिहड़े अकाल तख्त साहिब श्रोमणी कमेटी ते सिखां दी हर सिख संस्था दा भारत माता कोले मत्था टिकाउण नूं तैयार रहिंदे आ, उन्होंने कहदी आस करिए। सो जिहड़ा डॉक्टर उमर अहमद अलियासी ने बयानबाजी की आ कि जी भारत में एक नवा युग जिहड़ा आ रहा, इहदे विच सानू हिंदू ते मुसलमान नूं कठिया नूं लैके तुरना पऊ, ये वो ये असल विच भारती मुसलमान की हारी हंभी हुई घिरी हुई एक मानसिकता का प्रतीक आ। तो जिहड़ी सिख लीडरशिप आ साडी धार्मिक ते सियासी वह भी इवें सोचती आ भी अपना बनू की। जेड़े सिखां दे अंदर पंथ प्रस्ती है उन्होंने तो दो चीजा का मतलब एहसास आ, एक तो यह आ सब तो जो ज्यादा 99% उन्होंने आपदे धर्म आपदे गुरु आपदी आस्था उत्ते भरोसा, बई साडे धर्म का इतिहास सानू दसदा है कि 18वीं सदी के उदों साडे नाल कोई भी नहीं सी, चप्पे चप्पे उत्ते मौत सानू घेरदी सी, असीं तां उदों लड़े उदों आपदी होंद हस्ती ले, असीं तां राज सिरज ले सी। ते अज तां साडे कोले इक होर वाधा वी आ कि दुनिया के होरना मुल्कां दे विच साडे भाईचारे दे लोक बैठे आ जिहड़े साडे नालों भी वध पंथ लई कुछ करन कराउण दे समर्थ ने, ते उहनां मुल्कां दे विच रहि के उहनां ने इहो जिहा थां बना लिया है कि वह उन्हां मुल्कां दे विच साडी कौम दे उत्ते जदों कोई जबर जुलम होवे साडे लई हादा नारा मार सकदे आ। हुणे एडवोकेट गुरपतवंत सिंह पन्नू दे कतल वाले रौले तो बाद जिस तरीके नाल अमेरिका ने ते उहदे 5 साथी जिहड़े मुल्क ने, भावें हरदीप सिंह निजर दा कतल होया, भावें भाई अवतार सिंह खंडे दा, अज उस कतल बारे भाई खंडे दे कतल बारे नवीं जिहड़ी जानकारी पबलिक विच आई आ उहदी वड़ी चर्चा कि किसी जसूस नूं पहलां इस तरह इंग्लैंड च कीता गया सी, उहनूं हालांकि बचाउण दे जतन वी कीते सी, पर खंडे नूं भाई अवतार सिंह खंडे बारे उमें दा नहीं सी कीता गया। सो भाई अवतार सिंह खंडे बारे भी दिनों दिन यह गल साबित प्रतख हुंदी जा रही है कि यह भारतीय हकूमत का किया हुआ कतल है। भाई पंजवड़ बारे तो किसी को वहम ही नहीं भी वह स्टेट ने मरवाया। सो इंडियन स्टेट ने जिस तरीके सिखां नूं टारगेट किलिंग दे राहीं सारे संसार विच निशाने बना के फुंडना शुरू किया हुआ सी, जिवें अमेरिका ने इस मौके साडी बांह फड़ी साडा साथ सहयोग दिता, चाहे उहदे कारण जिहड़े मर्जी होण पर साडा इस गल दे लई सानू सब चंगा मनना पैणा। और जिहड़ी मैं गल कहिंदा कि 99% तां साडी लड़ाई साडे आपदे सिर ते आ कि साडी कौम दे विच ओह पंथ प्रस्ती ओह खुद प्रस्ती सानू आपदे उत्ते इक माण आ, ते उस माण दे विचों असीं लड़दे मरदे हाँ, ते इक तां ओह गल आ, बाकी साडा आले दुआले चों सानू साथ सहयोग मिलदा, बहुत सारे कारण ने जिन्हां कारणां करके मिलदा पर मिलदा। हुण आ जाओ भारतीय मुसलमान के हालात उत्ते।
मैं अगे भी इस प्रोग्राम के मसला ये मुद्दा ये नुकता डिस्कस किया पर सानू अज के माहौल में ज्यादा वधिया तरीके ने यह गल समझ लग सकती है कि भारत के मुसलमाना के उत्ते जदों छत्र फिरदा जदों चार हिंदू कट्टरपंथी भइए जे फड़ के किसी मुसलमान के छत्र फिर के वीडियो बना के पाउंदे आ वी कह जय श्री राम जय श्री राम कह जां किसी होर कारण करके भारत के मुसलमाना ते जुल्म हो रहा हुंदा। तुसी कदे देखिया भी किसी सऊदी अरब ने किसी ईरान इराक ने किसी पाकिस्तान ने जां किसी होर मुल्क ने भारत में मुसलमाना ते हो रहे जुल्म के बारे कुछ कदे कहा सुनिया हो? कदे आपां देखिया भी किसी मुसलमान कहो इस्लामिक मुल्क जिहड़े कहाउंदे आ उन्होंने भारत सरकार नाल आपदे रिश्ते खराब कर ले होण कि तुसी भारत में मुसलमाना दे छत्र क्यों फेरदे हो? कदे सुनिया तुसी भई भारत में मुसलमाना दे मसलियां करके किसी थां दे उत्ते किसी आम मुसलमान ने भी दुबई च किसी मुसलमान ने भारत का एक बंदा कुटिया फड़ के जां घेरिया उहदी बेइज्जती कीती भी तुसी साडे उत्ते मुसलमाना दे उत्ते जुल्म करदे हो ते असीं फिर इत्थे थोड़े ना करांगे। मैं तो हुण तक देखिया नहीं कि दुनिया भर के किसी मुसलमान ने भारतीय मुसलमान दे लई किसी भारती नाल पंगा लिया होवे। किसी सरकार ने तो भारत सरकार नाल की पंगा लेना किसी आम मुसलमान ने भी जेड़े मुसलमान जां जेड़े मुसलमान मुल्क अफगानिस्तान विच जां किसी भी होर थां दे उत्ते मुसलमाना दे सांझे मसलियां बारे बोलदे आ जिवें इस्लाम दा कोई सांझा मसला आ जांदा इथों तक कि कश्मीर के मुसलमान जदों लड़दे आ उहदे लई भी बहुत सारे मुसलमान पाकिस्तानी ला लो जां होर बहुत सारे मुल्क जां मुसलमान बोलदे आ पर भारतीय मुसलमान लई नहीं। मैं तो इथों तक हैरान हाँ कि कश्मीरी मुसलमान लई भी भारतीय मुसलमान दे जिहड़ा जुल्म हो रहा उहदा कोई अर्थ नहीं। साडे पंजाब दे विच मलेरकोटले च लुधियाने च ते होर ना सारे शहरां च तकरीबन मुसलमान हैगे आ। मैं कदे पंजाबी मुसलमान भी नहीं देखिया जिहड़ा बाबरी मस्जिद जां भारत विच मुसलमाना दे छत्रां तों बाद च चिंतित होया होवे। भारतीय मुसलमान प्रति बाकी सारे इस्लामिक मुल्कां दा जां मुसलमाना दा जिहड़ा इह रवैया इह क्यों आ? जिन्ना टाइम इह नहीं गल पल्ले पैंदी वी यार इहदी कोई परवाह ही नहीं करदा। हुण साडे धर्म दे विच आपां ला लो वी जेकर पटने बिहार जां किसी भी थां दे उत्ते किसी सिख दे पिछे जे 2019 की गल आ एक सरबजीत सिंह नाउं दा नौजवान जिहड़ा उत्थे गड्डी कोई लैके जा रहा सी दिल्ली च उहनूं पुलिसिया ने कुटता उहनूं ते उहदे पुत नूं जदों उह वीडियो आई फोटोआं आईआं सारे संसार दे विच हाए तौबा मच गई। इन्ना ज्यादा रौला रप्पा पिया वी सारियां सिख जथेबंदियां सिख आगूआं ने बोलिया। साढ़े तो बहुत सारे मसले उत्ते अकाल तख्त साहब नूं भी बोलना पै जांदा दुनिया भर दे विच रौला पै जांदा साढ़े मनुखी अखां दे घाण दा ते साढ़े लई साढ़े धर्म दीआं संस्थावां साढ़े धार्मिक अहुदिआं नूं राजनीतिक आगूआं नूं असीं बोलण लई मजबूर कर लैंदे। भारतीय मुसलमान लई कदे मक्के मदीने च जां किसे होर थां तों मैं तां उठदी आवाज़ कदे देखी नहीं। भारतीय मुसलमान दा जिस तरीके नाल सारिआं ने बाइकआउट कीता होइआ उहदे कारण किहड़े हो सकदे आ इह गल समझण दी लोड़ आ। मैनूं इउं लगदा वी इक बड़ा इहनां दा इस्लामिक संसार दे विच इक चलदा शेयर है इहनां दा कि ये दीने हजाजी का बेबाक बेड़ा ना गेहूं में अटका ना सेहूं में ठहरा पार किए थे जिसने सातों समुंदर वो डूबा आकर गंगा के दहाने में आखर। मतलब उहदा इह है कि जिहड़ा इस्लाम दा दीने हजाजी का बेबाक बेड़ा सी जिहड़ा जिवें आपां कहिंदे आ साडे गुरां ने जहाज बनाया सिक्खी का जहाज ते उवें मतलब कि उह कहिंदे जिहड़ा इस्लाम का बेड़ा सारे संसार विच उधर गया इत्थे गया बड़ा लंबा चौड़ा शेर आ उह वी इन्हां इन्हां मुल्कां च उहने झंडे चलाते पर जदों भारत विच आया तां इत्थे आ के की हो गया वो गंगा दे दहाने च डुब गया। मतलब गंगा जमुना दे सभ्याचार ने जाने कि भारत विच जिहड़े मुसलमान बने जिहड़े हिंदू भाईचारे दे जां हिंदू समाज विचों जिहड़े मुसलमान बने उह उही सारा गंद पिल नाल चक लिया इह इस्लाम नूं पलीत कर दिता जाने कि उन्होंने इस्लाम का बेड़ा ही डबोता जिवें आपां कहीए वी जिवें अपने धर्म दे विच सिक्खी दे विच बहुत सारियां इहो जिहियां कर्म कांड ते पुठे सिद्धे काम चल पए ने जिहड़े सिक्खी दे नजरिए तों गलत ने। उवें इस्लाम की शुद्धता नूं पलीत करन दा करतूत जिहड़े सारे किसी ने की आ वह भारत के उस हिंदुओं विचों आए हुए मुसलमाना ने क्योंकि जिहड़ियां जिहड़ियां गल्लां इस्लाम के सख्ती नाल मना सी वह सारियां भारती भारत में आए हुए मुसलमाना ने जां भारत विचों बने हुए मुसलमाना ने कीतियां। भारत वाला मुसलमान
ਬਹੁਤਾ ਜ਼ਿਆਦਾ ਉਹ ਆ ਜਿਹੜਾ ਬ੍ਰਾਹਮਣਵਾਦ ਤੋਂ ਸਤਾਇਆ ਹੋਇਆ ਸੀ ਤੇ ਜਦੋਂ ਇਸਲਾਮ ਦਾ ਝੰਡਾ ਝੂਲਿਆ ਇੱਥੇ ਜਦੋਂ ਇਸਲਾਮਿਕ ਹਮਲਾਵਰਾਂ ਨੇ ਧਾੜੇ ਮਾਰੇ ਰਾਜਭਾਗ ਕਾਇਮ ਕੀਤੇ ਉਹਨਾਂ ਨੇ ਰਾਜ ਕਰਨ ਵਾਲੀ ਧਿਰ ਦਾ ਧਰਮ ਅਪਣਾ ਲਿਆ ਤੇ ਉਹ ਸਾਰੇ ਦੇ ਸਾਰੇ ਬ੍ਰਾਹਮਣ ਨੂੰ ਜਾਂ ਬ੍ਰਾਹਮਣਵਾਦ ਨੂੰ ਬੜੇ ਚਾਹਦੇ ਰਹੇ ਆ ਕਿ ਤੁਸੀਂ ਉਸ ਮੌਕੇ ਸਾਡੇ ਘੋਰ ਵਿਰੋਧੀ ਇਸਲਾਮ ਦੇ ਰਾਜਿਆਂ ਦਾ ਮੰਨ ਕੇ ਜ਼ੋਰ ਉਧਰ ਚਲੇ ਗਏ ਸੀ ਕੋਈ ਨਾ ਤੁਹਾਨੂੰ ਸੋ ਉਹ ਨਾ ਤਾਂ ਪੂਰੇ ਮੁਸਲਮਾਨ ਬਣ ਸਕੇ ਨਾ ਉਹ ਭਾਰਤ ਨੂੰ ਤਿਆਗ ਸਕੇ ਤੇ 1947 ਮੌਕੇ ਜਦੋਂ ਬਹੁਤੇ ਜ਼ਿਆਦਾ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਇਹ ਸਾਫ਼ ਦਿਖਦਾ ਸੀ ਵੀ ਸਾਡੇ ਨਾਲ ਕਿੱਥੇ ਨਿਭਣੀ ਆ ਇਹਨਾਂ ਦੀ ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਭਾਰਤ ਦੇ ਮੁਸਲਮਾਨ ਜਿਹੜੇ ਆਗੂ ਸੀ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਮੌਕੇ ਲੜਦੇ ਘੁੜਦੇ ਸੀ ਉਹਨਾਂ ਨੂੰ ਕਿਉਂ ਇਹ ਲੱਗਣ ਲੱਗਿਆ ਕਿੱਥੇ ਲੱਗਣ ਲੱਗਿਆ ਕਿ ਆਪਾਂ ਇਹਨਾਂ ਨਾਲ ਜਦੋਂ ਅਸੀਂ ਸਾਚੀ ਸਾਖੀ ਪੜ੍ਹਦੇ ਹਾਂ ਸਰਦਾਰ ਕਪੂਰ ਸਿੰਘ ਜੀ ਦੀ ਉਹਦੇ ਵਿੱਚ ਸਾਰੇ ਬਿਓਰੇ ਸਾਫ਼ ਮਿਲਦੇ ਆ ਜਦੋਂ ਜਿੱਥੇ ਜਿੱਥੇ ਜਾ ਕੇ ਇਸਲਾਮਿਕ ਲੀਡਰਾਂ ਨੂੰ ਲੱਗਿਆ ਵੀ ਸਾਡਾ ਤਾਂ ਭਾਰਤ ਵਿੱਚ ਭਾਰਤ ਨਾਲ ਰਹਿਣ ਚ ਗਲਤ ਵਾ ਅਸੀਂ ਕਾਂਗਰਸ ਤੇ ਯਕੀਨ ਨਹੀਂ ਕਰ ਸਕਦੇ ਗਾਂਧੀ ਨਹਿਰੂ ਹੁਣੀ ਹੋਰ ਤਰੇ ਦੇ ਹੈਗੇ ਆ ਆਪਾਂ ਇੱਥੋਂ ਨਿਕਲ ਚੱਲੀਏ ਸੋ ਇਹ ਪਾਕਿਸਤਾਨ ਬਣਨ ਦੇ ਪਿੱਛੇ ਭਾਰਤੀ ਹਿੰਦੂਆਂ ਦੀ ਜਿਹੜੀ ਸੋਚ ਸੀ ਹੁਣ ਜਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਤਾਂ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਸੀਗੇ ਜਾਂ ਤਾਂ ਇਹ ਕੋਈ ਵੱਡਾ ਕਦਮ ਚੱਕਦੇ ਪਰ ਇਹ ਭਾਰਤੀ ਮੁਸਲਮਾਨ ਭੁਲੇਸੇ ਚ ਆ ਗਏ ਜਿਵੇਂ ਸਿੱਖ ਗਾਂਧੀ ਨਹਿਰੂ ਵਰਗਿਆਂ ਦੇ ਭੁਲੇਸੇ ਚ ਆ ਗਏ ਉਵੇਂ ਭਾਰਤੀ ਮੁਸਲਮਾਨ ਇੱਥੇ ਰਹਿਣ ਲਈ ਔਰ ਉਸ ਦੌਰ ਦੇ ਵਿੱਚ ਵੋਟਾਂ ਦੀ ਗਿਣਤੀ ਵੀ ਵਧੀ ਕਿਉਂਕਿ ਭਾਰਤੀ ਮੁਸਲਮਾਨਾਂ ਨੇ ਬਹੁਤਾ ਕਰਕੇ ਕਾਂਗਰਸ ਨੂੰ ਸਪੋਰਟ ਸਪਾਟ ਕੀਤੀ ਪਰ ਉਹ ਇੱਕ ਵਕਤ ਸੀ ਜਦੋਂ ਕਾਂਗਰਸ ਆਪਦਾ ਅਕਸ ਉਹ ਜਿਹਾ ਬਣਾ ਕੇ ਭਾਵੇਂ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਹਿੰਦੂ ਤਵੀ ਏਜੰਡੇ ਨੂੰ ਤਾਂ ਕਾਂਗਰਸ ਨੇ ਵੀ ਪੂਰਾ ਲਾਗੂ ਕੀਤਾ ਹੀ ਆ ਪਰ ਭਾਰਤ ਦਾ ਮੁਸਲਮਾਨ ਜਿਹੜਾ ਸੀ ਉਹਨੇ ਨਾ ਤਾਂ ਇਸਲਾਮ ਦੇ ਵਿੱਚ ਪੂਰਾ ਹੋ ਕੇ ਦਿਖਾਇਆ ਤੇ ਨਾ ਹੀ ਉਹ ਬਾਕੀ ਮੁਸਲਮਾਨ ਮੁਲਕਾਂ ਲਈ ਕੋਈ ਕਦੇ ਕੰਮ ਦੀ ਚੀਜ਼ ਸਾਬਤ ਹੋ ਸਕਿਆ ਨਤੀਜਾ ਇਹ ਆ ਕਿ ਅੱਜ ਜਦੋਂ ਸਿਆਸਤ ਬਦਲੀ ਭਾਰਤ ਦੀ ਕਾਂਗਰਸ ਦੀ ਥਾਂ ਲੈਣ ਲਈ ਨਰਮ ਹਿੰਦੂ ਤਵੀਆਂ ਦੀ ਥਾਂ ਲੈਣ ਲਈ ਗਰਮ ਹਿੰਦੂ ਤਵੀ ਧੜਾ ਜਿਹੜਾ RSS ਵਾਲਾ ਭਰਮੇ ਬ੍ਰਿਗੇਡ ਵਾਲਾ ਇਹ ਮਾਰਕੀਟ ਵਿੱਚ ਆਇਆ ਹਾਲਾਂਕਿ ਸਾਨੂੰ ਸਭ ਨੂੰ ਹੀ ਪਤਾ ਕਿ ਇਹ ਉਹੀ ਨੇ ਜਿਹੜੇ ਕਹਿੰਦੇ ਹੁੰਦੇ ਸੀ ਦੁਰਗਾ ਇੰਦਰਾ ਦਾ ਦੁਰਗਾ ਵਾ ਜਿਹਨੇ ਦਰਬਾਰ ਸਾਹਿਬ ਤੇ ਹਮਲਾ 6 ਮਹੀਨੇ ਲੇਟ ਕੀਤਾ ਹੈ ਤਾਂ ਇਹ ਸਾਡੇ ਧਰਮ ਦੇ ਤਾਂ ਖਿਲਾਫ਼ ਹੀ ਨੇ ਸਿੱਖਾਂ ਦੇ ਤੇ ਸਿੱਖੀ ਦੇ ਤਾਂ ਦੁਸ਼ਮਣ ਹੀ ਨੇ ਤੇ ਇਹਨਾਂ ਨੇ ਜਦੋਂ ਦੇਖਿਆ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਕਾਂਗਰਸ ਜਿਹੜੀ ਆ ਸਿੱਖਾਂ ਦਾ ਘਾਣ ਕਰਕੇ ਗ੍ਰਹਿ ਗੱਡਣੀ ਵੋਟ ਕਿਉਂਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੇ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਜਿੰਨੀ ਸਿਰਫ 2 ਸੀਟਾਂ ਮਿਲੀਆਂ ਸੀ BJP ਨੂੰ ਬਾਕੀ ਸਾਰੀਆਂ ਹੀ ਉਸ ਵਾਰੀ ਇੱਕ ਰਿਕਾਰਡ ਤੋੜ ਵੋਟ ਜਿਹੜੀ ਸੀ ਕਾਂਗਰਸ ਨੂੰ ਮਿਲੀ ਸੀਗੀ ਸਿੱਖਾਂ ਤੇ ਜ਼ੁਲਮ ਤੋਂ ਬਾਅਦ ਤੋ ਇਹਦੇ ਨਾਲ BJP ਵਾਲਿਆਂ ਨੂੰ ਲੱਗਿਆ ਕਿ ਅਸੀਂ ਵੀ ਕੋਈ ਇਹੋ ਜਿਹਾ ਕਰੀਏ ਤੋ ਉਹਨਾਂ ਨੇ ਦੂਜਾ ਸੀ ਇਹ ਬਾਬਰੀ ਮਸਜਿਦ ਨੂੰ ਟਾਰਗੇਟ ਕਰ ਲਿਆ ਤੋ ਬਾਬਰੀ ਮਸਜਿਦ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਚੱਲ ਰਿਹਾ ਸੀਗਾ ਵੀ ਉੱਥੇ ਜੀ ਪਹਿਲਾਂ ਤਾਂ ਇਹਨਾਂ ਨੇ ਆਪ ਹੀ 1949 ਦੇ ਵਿੱਚ ਦੱਸਦੇ ਆ ਵੀ ਉਹ ਰੱਖਤੀਆਂ ਮੂਰਤੀਆਂ ਨਹੀਂ ਆ ਫਿਰ ਉੱਥੇ ਰੌਲਾ ਪਾਤਾ ਵੀ ਰਾਮ ਲੱਲਾ ਪ੍ਰਗਟ ਹੋ ਗਏ ਪ੍ਰਗਟ ਦਾ ਤੁਸੀਂ ਆਪ ਰੱਖਿਆ ਉੱਥੇ ਸ਼ੋਸ਼ਾ ਛੱਡਿਆ ਪਰ ਝੂਠ ਬੋਲਿਆ ਤੇ ਉੱਥੇ ਰੱਖ ਕੇ ਉਹ ਜਿਹੜਾ ਸੀਗਾ ਜਿਹਨੇ ਵੀ ਹਿੰਦੂ ਹਿੱਤ ਵਿੱਚ ਫੈਸਲਾ ਕੀਤਾ ਚਾਹੇ ਉਹ ਕੋਈ ਅਧਿਕਾਰੀ ਸੀ ਚਾਹੇ ਕੋਈ ਵੀ ਸੀ ਉਹਨੂੰ ਲਾਹੇ ਮਿਲੇ ਆਪਣਾ ਤਾਂ ਹੁਣ ਪਿੱਟਦੇ ਆ ਨਾ ਇੱਥੇ ਵੀ ਜਿਹੜਾ ਜਿਹਨੇ ਜੱਜਮੈਂਟ ਦਿੱਤੀ ਆ ਅਯੋਧਿਆ ਬਾਬਰੀ ਮਸਜਿਦ ਮਸਲੇ ਉੱਤੇ ਰੰਜਨ ਗੋਗੋਈ ਵੀ ਜਦੋਂ ਰਿਟਾਇਰ ਹੋਇਆ ਉਹ ਮੁੱਖ ਜੱਜ ਦੇ ਤੌਰ ਤੇ ਸੁਪਰੀਮ ਕੋਰਟ ਚੋਂ ਉਹਨੂੰ ਨਾਲ ਦੀ ਨਾਲ ਕਹਿੰਦੇ ਜੀ ਉੱਥੇ ਬਣਾਤਾ MP ਬਣਾਤਾ ਮੈਂਬਰ ਪਾਰਲੀਮੈਂਟ ਤੇ ਹੁਣ ਉਹ ਕੱਲ੍ਹ ਉੱਥੇ ਅਯੋਧਿਆ 'ਚ ਪਾਸੋਂ ਤੁਰਿਆ ਫਿਰਦਾ ਸੀ ਜਿੱਥੇ ਰਾਮ ਮੰਦਰ ਵਾਲਾ ਸਾਰਾ ਪ੍ਰੋਗਰਾਮ ਹੋਇਆ ਸੋ ਇਵੇਂ ਹੀ ਪਿਛਲੇ 40-50 ਸਾਲਾਂ ਦੀ ਹਿਸਟਰੀ ਤੇ ਨਜ਼ਰ ਮਾਰੋ ਇੱਥੇ ਮੈਂ ਅਸਦ ਉਦਦੀਨ ਅਵੈਸੀ ਜਿਹੜਾ ਲੀਡਰ ਆ ਹੈਦਰਾਬਾਦ ਤੋਂ MP ਆ ਉਹਦੀ ਸੁਣਦਾ ਸੀ ਉਹਨੇ ਸਾਰਿਆਂ ਦੀ ਲਿਸਟ ਬਣਾਈ ਵੀ ਆਹ ਉਹ ਆਗੂ ਨੇ ਮਤਲਬ ਹਿੰਦੂ ਅਧਿਕਾਰੀ ਨੇ ਜਿਹਨਾਂ ਜਿਹਨਾਂ ਨੇ ਅੱਡ ਅੱਡ ਮੌਕਿਆਂ ਦੇ ਉੱਤੇ ਹਿੰਦੂ ਹਿੱਤ ਵਿੱਚ ਫੈਸਲਾ ਕੀਤਾ ਬਾਬਰੀ ਮਸਜਿਦ ਰਾਮ ਮੰਦਰ ਵਾਲੇ ਰੌਲੇ ਚ ਤੇ ਇਹਨਾਂ ਸਾਰਿਆਂ ਦੀਆਂ ਤਰੱਕੀਆਂ ਹੋਈਆਂ ਜ਼ਿੰਦਗੀ ਬੜੇ ਵੱਡੇ ਵੱਡੇ ਅਹੁਦੇ ਉਹਨਾਂ ਨੂੰ ਦਿੱਤੇ ਗਏ ਤੋ ਇੱਕ ਤਰੀਕੇ ਨਾਲ ਜਿਹੜੇ ਪ੍ਰਸ਼ਾਸਨਕ ਅਧਿਕਾਰੀ ਸੀ ਉਹਨਾਂ ਸਾਰਿਆਂ ਨੂੰ ਜੱਜਾਂ ਤੱਕ ਨੂੰ ਇਹ ਇੱਕ ਸੁਨੇਹਾ ਮਿਲਿਆ ਹੋਇਆ ਸੀ ਵੀ ਜੇਕਰ ਆਪਾਂ ਹਿੰਦੂ ਹਿੱਤ ਵਿੱਚ ਫੈਸਲੇ ਕਰਾਂਗੇ ਤਾਂ ਨਜ਼ਾਰੇ ਮਿਲਣਗੇ ਤੇ ਨਜ਼ਾਰੇ ਦਿੱਤੇ ਅਗਲਿਆਂ ਨੇ ਸਿਸਟਮ ਨੇ ਸੋ ਉਹ ਜਿਹੜਾ ਸਾਰਾ ਚੱਲਦਾ ਸੀ ਸਿਸਟਮ ਉਹਦੇ ਵਿੱਚੋਂ ਹੀ ਬਾਬਰੀ ਮਸਜਿਦ ਢਾ ਕੇ ਸਾਰੇ ਭਾਰਤ ਵਿੱਚੋਂ ਵੋਟਾਂ ਲੈਣ ਦਾ ਤੇ MP ਬਣਾ ਕੇ ਸਰਕਾਰ ਬਣਾਉਣ ਦਾ ਰੱਥ ਯਾਤਰਾ ਦਾ ਇਹ ਸਾਰਾ ਚੱਲਿਆ
ਤੇ ਉਹਨਾਂ ਨੇ ਇਹ ਕਾਂਗਰਸ ਦੇ 1984 ਤੋਂ ਸਬਕ ਸਿੱਖਿਆ ਸੀ ਸੇਧ ਲਈ ਸੀ ਤੇ ਕਾਂਗਰਸ ਵਾਂਗੂ ਹੀ ਉਹਨਾਂ ਨੇ ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਉਹਨਾਂ ਨੇ ਬਾਬਰੀ ਮਸਜਿਦ ਨੂੰ ਨਿਸ਼ਾਨਾ ਬਣਾ ਲਿਆ। ਸੋ ਕਾਂਗਰਸ ਨੇ ਪੂਰਨੇ ਪਾਇਆ ਐਵੇਂ ਕੋਈ ਇਹ ਵਹਿਮ ਨਾ ਰੱਖੀਏ ਵੀ ਕਾਂਗਰਸ ਬੜੀ ਚੰਗੀ ਆ ਵੀ ਭਾਜਪਾ ਹਟਾ ਕੇ ਜੇ ਕਾਂਗਰਸ ਲਿਆਵਾਂਗੇ ਤੇ ਆਹ ਹੋ ਜੂ, ਸਾਡਾ ਤਾਂ ਕੋਈ ਨਹੀਂ। ਸੋ ਜਿਹੜਾ ਗੱਲ ਆਪਾਂ ਸਮਝਣ ਵਾਲੇ ਪਾਸੇ ਨੂੰ ਆਈਏ, ਕਈ ਜਿੱਦਣ ਕਈ ਸਾਡੇ ਇੱਥੇ ਬੰਦੇ ਨੇ ਜਿਹੜੇ ਇਸ ਵਹਿਮ ਦੇ ਵਿੱਚ ਇਸ ਝੂਠ ਦੇ ਸ਼ਿਕਾਰ ਹੋਏ ਹੋਏ ਨੇ ਕਿ ਚਲੋ ਯਾਰ ਜੇਕਰ ਜਿੰਨੇ ਮਰਜ਼ੀ ਮਾੜੇ ਹੋਣ ਇੱਥੇ ਸੁਪਰੀਮ ਕੋਰਟ ਆ, ਲੋਕਤੰਤਰ ਆ। ਪਹਿਲੀ ਗੱਲ ਤਾਂ ਇਹ ਆ ਕਿ ਲੋਕਤੰਤਰ ਦਾ ਇੱਥੇ ਕੁਛ ਹਿਸਾਬ ਕਿਤਾਬ ਇਹ ਆ ਕਿ ਹਰ ਵਾਰੀ ਵੋਟਾਂ ਜਿਹੜੀਆਂ ਨੇ ਉਹ ਜਾਂ MP ਜਿਹੜੇ ਨੇ ਉਹ ਜ਼ਿਆਦਾ ਤਾਂ ਇਹਨਾਂ ਦੇ ਬਣਨੇ ਆ ਹਿੰਦੂਆਂ ਦੇ, ਤੇ ਹਿੰਦੂ ਬਹੁ ਗਿਣਤੀ ਹੀ ਇਸ ਮੁਲਕ ਦੀ ਸਮੂਹਕ ਚੇਤਨਾ ਨੂੰ ਰੀਪ੍ਰਜੈਂਟ ਕਰੇਗੀ। ਜੇਕਰ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਮੌਕੇ ਕਿਹਾ ਜਾ ਸਕਦਾ ਕਿ ਜੀ ਮੁਲਕ ਦੀ ਸਮੂਹਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਫਾਂਸੀ ਦੇਣੀ ਪੈਣੀ ਆ, ਊਂ ਤਾਂ ਇਹਦੇ ਖਿਲਾਫ਼ ਕੋਈ ਸਬੂਤ ਨਹੀਂ। ਇਵੇਂ ਹੀ ਰਾਮ ਮੰਦਿਰ ਤੇ ਬਾਬਰੀ ਮਸਜਿਦ ਵਾਲੀ ਜੱਜਮੈਂਟ ਪੜ੍ਹੋ, ਮੈਂ ਫਿਰ ਬੇਨਤੀ ਕਰਦਾ ਕਿ ਪੜ੍ਹੋ ਤੇ ਆਪਦਾ ਸਿਰ ਜਿਹੜਾ ਕੰਧਾਂ ਤੇ ਨਾ ਜੇ ਮਾਰਨ ਲੱਗ ਜਾਓ। ਉਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੇ ਜਿਹੜਾ ਕੁਝ ਅੱਜ ਕੱਲ੍ਹ ਗੋਦੀ ਮੀਡੀਆ ਤੇ ਮੋਦੀ ਸਰਕਾਰ ਕਹਿ ਰਹੀ ਆ, ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ। ਤੇ ਉਦੋਂ ਉਹ ਗੱਲਾਂ ਸੁਣ ਕੇ ਮੁਸਲਮਾਨ ਬੜੇ ਖੁਸ਼ ਹੋਏ ਹੋਣੇ। ਉਹਦੇ 'ਚ ਲਿਖਿਆ ਹੋਇਆ ਵੀ ਬਾਬਰੀ ਮਸਜਿਦ ਤੋੜ ਕੇ ਨਾ ਬਾਬਰੀ ਮਸਜਿਦ ਤੋੜ ਕੇ ਬਹੁਤ ਵੱਡਾ ਗੁਨਾਹ ਕੀਤਾ ਗਿਆ। ਹੁਣ ਇਹ ਸੁਣ ਕੇ ਹੋ ਸਕਦਾ ਪੜ੍ਹ ਕੇ ਬਹੁਤ ਸਾਰੇ ਮੁਸਲਮਾਨਾਂ ਨੇ ਸੋਚਿਆ ਹੋਵੇ ਵੀ ਜੇ ਉਹਨੂੰ ਜੁਰਮ ਮੰਨਿਆ ਵਾ ਸੁਪਰੀਮ ਕੋਰਟ ਦੇ ਫੈਸਲੇ 'ਚ, ਇਹਦਾ ਮਤਲਬ ਉਹ ਬਾਬਰੀ ਮਸਜਿਦ ਢਾਉਣ ਵਾਲੇ ਮੁਜ਼ਰਮ ਨੇ ਤੇ ਉਹਨਾਂ ਨੂੰ ਸਜਾਵਾਂ ਹੋਣਗੀਆਂ। ਪਰ ਅੱਜ ਤੱਕ ਇਹ ਗੱਲ ਨਾ ਉਧਰ ਨੂੰ ਗਈ ਆ ਤੇ ਨਾ ਕਹਾ ਜਾਣੀ, ਖਤਮ ਹੋ ਚੁੱਕੀ ਆ ਗੱਲ। ਤੇ ਜਿਹਨਾਂ ਮੁਸਲਮਾਨਾਂ ਨੇ ਇਹ ਸੋਚਿਆ ਹੋਣਾ ਵੀ ਜੱਜਮੈਂਟ 'ਚ ਤਾਂ ਲਿਖਿਆ ਹੋਇਆ ਵੀ ਉਹ ਅਪਰਾਧ ਸੀ ਉਹਨੂੰ ਬਾਬਰੀ ਮਸਜਿਦ ਨੂੰ ਤੋੜਨਾ ਤੇ ਉਹਨਾਂ ਨੂੰ ਪਾਪੀਆਂ ਨੂੰ ਸਜ਼ਾ ਮਿਲੂਗੀ, ਸਜ਼ਾ ਕਿਹੜੇ ਭੜੂਏ ਨੇ ਦੇਣੀ। ਦੂਜੀ ਗੱਲ ਇਹ ਕਿ ਬਾਬਰੀ ਮਸਜਿਦ ਰਾਮ ਮੰਦਿਰ ਵਾਲੇ ਮਸਲੇ ਉੱਤੇ ਜੱਜਮੈਂਟ 'ਚ ਲਿਖਿਆ ਹੋਇਆ ਕਿ ਜੀ ਦੋਨਾਂ ਜਿਹੜੇ ਪੱਖ ਨੇ ਹਿੰਦੂ ਪੱਖ ਤੇ ਮੁਸਲਮਾਨ ਪੱਖ, ਦੋਨਾਂ ਦੇ ਪੱਖਾਂ ਨੂੰ ਜਾਣੀ ਕਿ ਜਿਵੇਂ ਸੰਤੁਸ਼ਟ ਕਰਨਾ ਹੋਵੇ, ਜਿਵੇਂ ਰਾਜ਼ੀਨਾਮਾ ਕਰਾਉਣਾ ਹੋਵੇ ਵੀ ਆਪਾਂ ਰਾਜ਼ੀਨਾਮਾ ਜਾਂ ਕਰਵਾ ਦਿੰਦੇ ਹਾਂ ਤੇ ਬਾਬਰੀ ਮਸਜਿਦ ਬਣਾਉਣ ਲਈ ਵੀ ਜਗ੍ਹਾ ਦਿੱਤੀ ਜਾ, ਬਾਬਰੀ ਮਸਜਿਦ ਵਾਲਿਆਂ ਨੂੰ ਵੀ ਥਾਂ ਦਿੱਤੀ ਜਾ ਰਹੀ ਆ ਮੁਸਲਮਾਨ ਪੱਖ ਨੂੰ ਵੀ ਤੁਸੀਂ ਆਪਦੀ ਮਸਜਿਦ ਬਣਾ ਲਓ। ਤੇ ਇਵੇਂ ਹੀ ਜਿਹੜਾ ਰਾਮ ਮੰਦਿਰ ਵਾਲਾ ਪੱਖ ਵਾ ਹਿੰਦੂਆਂ ਦਾ, ਉਹਨਾਂ ਨੂੰ ਵੀ ਮੰਦਿਰ ਬਣਾਉਣ ਲਈ ਥਾਂ ਦਿੱਤੀ ਜਾ ਰਹੀ। ਹੁਣ ਇੱਕ ਤਰੀਕੇ ਨਾਲ ਤਾਂ ਇਹ ਗੱਲ ਦੇਖਣ ਨੂੰ ਬੜੀ ਵਧੀਆ ਲੱਗੂਗੀ ਤੇ ਜਿਹੜੇ ਆ ਭਾਈਚਾਰਕ ਸਾਂਝ ਵਾਲੇ ਆ ਜਾਂ ਜਿਹਨਾਂ ਦੀ ਅਕਲ ਘੱਟ ਹੁੰਦੀ ਆ ਉਹਨਾਂ ਨੂੰ ਵੀ ਲੱਗੂ ਵੀ ਇਹ ਤਾਂ ਕਮਾਲ ਕਰਤੀ, ਦੋਨਾਂ ਪੱਖਾਂ ਨੂੰ ਸੰਤੁਸ਼ਟ ਕਰਤਾ। ਪਰ ਸੱਚਾਈ ਇਹ ਆ ਕਿ ਬਾਬਰੀ ਮਸਜਿਦ ਵਾਲੇ ਸਾਰੇ ਥਾਂ ਦੇ ਉੱਤੇ ਰਾਮ ਮੰਦਿਰ ਵਾਲੀ ਧਿਰ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਦਾਅਵਾ ਬਣਦਾ ਹੀ ਨਹੀਂ ਸੀ। ਅਸਲ ਵਿੱਚ ਤਾਂ ਇਹ ਆ ਕਿ ਹਿੰਦੂ ਭਾਈਚਾਰੇ ਦਾ ਆਪਦਾ ਬਹੁਤ ਵੱਡਾ ਹਿੱਸਾ ਉਹਨੂੰ ਇੱਕ ਕਾਲਪਨਿਕ ਨਾਵਲ ਦਾ ਪਾਤਰ ਮੰਨਦਾ ਰਾਮ ਚੰਦਰ ਨੂੰ, ਤੇ ਜਿਹੜਾ ਹੋਇਆ ਹੀ ਨਹੀਂ। ਉਹਦਾ ਮੰਦਿਰ, ਉਹਦਾ ਜਨਮ ਸਥਾਨ ਕਿੱਥੋਂ ਨਿਕਲਿਆ ਜਿੱਥੇ ਮੰਦਿਰ ਬਣਨਾ ਸੀ? ਤੇ ਬਹੁਤ ਸਾਰੇ ਹਿੰਦੂ ਕਹਿੰਦੇ ਆ ਵੀ ਹੋਇਆ ਤਾਂ ਹੈਗਾ ਪਰ ਉਹ ਇੱਕ ਰਾਜਾ ਸੀ, ਤੇ ਰਾਜੇ ਰਾਮ ਚੰਦਰ ਦਾ, ਰਾਜੇ ਰਾਮ ਚੰਦਰ ਦਾ ਕੋਈ ਕਹਿੰਦਾ ਕੜਾਮ ਚ ਜਨਮ ਹੋਇਆ ਇੱਥੇ ਪੰਜਾਬ ਚ, ਕੋਈ ਕਿਤੇ ਕੋਈ ਕਿਤੇ ਬੜੇ ਥਾਵਾਂ ਤੇ ਦੁਨੀਆਂ ਚ, ਭਾਰਤ ਚ ਆਲੇ ਦੁਆਲੇ ਕਈ ਥਾਵਾਂ ਦੇ ਉੱਤੇ ਨਾਲ ਦੇ ਕਈ ਮੁਲਕਾਂ ਵਿੱਚ ਰਮਾਇਣ ਦੇ ਚੱਲਦੇ। ਅਸਲ ਵਿੱਚ ਇਹ ਇੱਕ ਧਾਰਨਾ ਬਣੀ ਹੋਈ ਆ ਕਿ ਜਿਵੇਂ ਖਾੜਕੂਵਾਦ ਚੱਲਿਆ ਆਪਣੇ ਪੰਜਾਬ ਚ, ਖਾਲਿਸਤਾਨ ਦੀ ਲਹਿਰ ਚੱਲੀ, ਕੋਈ ਇਸ ਸਾਰੇ ਲਹਿਰ ਦੇ ਬਾਰੇ ਨਾਵਲ ਲਿਖੇ ਜਾਂ ਕੋਈ ਫਿਲਮ ਬਣਾਵੇ, ਜਿਵੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਫਿਲਮ ਆਈ ਸੀਗੀ, ਜਾਂ ਕੋਈ ਹੋਰ ਇਸ ਤਰ੍ਹਾਂ ਫਿਲਮ ਆਵੇ ਜਾਂ ਕੋਈ ਨਾਵਲ ਆਵੇ, ਤੇ ਉਹ ਅਸਲ ਵਿੱਚ ਉਸ ਦੌਰ ਨੂੰ ਦਰਸਾਉਣ ਦੇ ਲਈ ਇੱਕ ਕਾਲਪਨਿਕ ਕਹਾਣੀ ਘੜ ਕੇ ਜਿਹਦੇ ਵਿੱਚ ਇੱਕ ਹੀਰੋ ਜਾਂ ਉਹਨੂੰ ਪੁਲਿਸ ਕਿਵੇਂ ਤੰਗ ਕਰਦੀ ਆ, ਕਿਵੇਂ ਉਹ ਖਾੜਕੂ ਬਣਦਾ, ਇਸ ਤਰੀਕੇ ਦੀ ਕੋਈ ਬੰਦਾ ਸਾਰੀ ਗੱਲ ਕਰੇ। ਤੇ ਜੇਕਰ ਕੋਈ 150 ਸਾਲ ਬਾਅਦ ਕਵੇ ਵੀ ਇਹ ਅਸਲੀ ਵਿੱਚ ਹੋਇਆ ਹੋਣਾ ਬੰਦਾ, ਅਸਲ ਵਿੱਚ ਤਾਂ ਘਟਨਾਕ੍ਰਮ ਤਾਂ ਵਾਪਰਿਆ ਸੀ ਪਰ ਉਸ ਘਟਨਾਕ੍ਰਮ ਨੂੰ ਦਰਸਾਉਣ ਲਈ ਇੱਕ ਕਾਲਪਨਿਕ ਕਹਾਣੀ ਘੜੀ ਗਈ ਸੀ। ਸੋ ਬਹੁਤ ਸਾਰੀਆਂ ਕਥਾਵਾਂ ਕਹਾਣੀਆਂ ਭਾਰਤ ਵਿੱਚ ਆਰੀਅਨ ਨਸਲ ਦੇ ਆਉਣ ਅਤੇ ਇੱਥੇ ਆ ਕੇ ਭਾਰਤ ਦੇ ਅਸਲ ਵਾਸੀਆਂ ਦੇ ਕੋਲੋਂ ਰਾਜ ਭਾਗ ਲੈਣ ਦੀਆਂ, ਖੋਹਣ ਦੀਆਂ ਜਿਹੜੀਆਂ ਚੱਲਦੀਆਂ ਸੀ, ਉਵੇਂ ਹੀ ਇੱਥੇ ਦਾਸ਼ਰਥ ਜਾਤਕ ਕਥਾਵਾਂ ਜਾਂ ਹੋਰ ਕਾਫੀ ਕੁਛ ਪਹਿਲਾਂ ਹੀ ਚੱਲਦਾ ਸੀ, ਜਿਹੜੇ ਸਾਰੇ ਕਾਸੇ ਦੇ ਆਧਾਰ ਦੇ ਉੱਤੇ ਬਾਲਮੀਕ ਨੇ, ਮਹਾਰਿਸ਼ੀ ਕਹਿੰਦੇ ਆ ਜਿਹਨੂੰ, ਮਹਾਰਿਸ਼ੀ ਬਾਲਮੀਕ, ਉਹਨੇ ਇੱਕ ਬਹੁਤ ਵੱਡਾ ਗ੍ਰੰਥ ਜਿਹਨੂੰ ਰਮਾਇਣ ਕਿਹਾ ਜਾਂਦਾ ਉਹ ਲਿਖਿਆ, ਜਿਹਦੇ ਵਿੱਚ
राजे रामचंद्र की सारी कथा लिखी जिदे बारे जवाहर लाल नहरू समेत बहुत बड़े चिंतकां दा विद्वानां हिंदुआं दा मैं साडी कौम दा जां एंटी हिंदुआं दी गल नहीं करदा उन्हां दा दावा आया कि इक इह तां जी रामायण तां असल विच आरियन नसल की दक्षणी भारत वल वधण की कहानी नूं दर्शाउंदा होया एक ग्रंथ वा जिहदे विच असीं इह समझ सकदे हां कि किवें इत्थे उस दौर च की कुछ वापरिया। सो मोटे तौर के उत्ते जां तां उहनूं काल्पनिक नावल मंनदे आ जां कहिंदे वी होया तां हैगा पर राजा सी इक ते राजे हुंदे होए ने इह च कहिड़ी गल पर भगवान श्री राम मन्नण वाली धिर आ जिहड़ी ਉਹ ਹੈਗੀ ਆ ਜਿਹੜੀ ਜਦੋਂ ਬਾਦਸ਼ਾਹ ਅਕਬਰ ਧਰਤੀ ਤੇ ਰਾਜ ਕਰਦਾ ਬਾਬਰ ਦਾ ਜਿਹੜਾ ਗਾਹਾਂ ਮੁੰਡਾ ਹੈ ਤੇ ਉਹ ਜਦੋਂ ਰਾਜ ਕਰਦਾ ਇੱਥੇ ਬਾਬਰ ਤੋਂ ਅਕਬਰ ਤੇ ਕਹਾਣੀ ਆਉਂਦੀ ਆ ਤਾਂ ਉਹਦੇ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਤੁਲਸੀਦਾਸ ਦਾ ਜ਼ਿਕਰ ਕਰਦੀ ਹੈ ਦੁਨੀਆ। ਤੁਲਸੀਦਾਸ ਨੇ ਜਿਹੜੀ ਰਾਮ ਚਰਿਤ ਮਾਨਸ ਲਿਖੀ ਉਹਦੇ ਬਾਰੇ ਇੱਥੇ ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ ਕਿਤਾਬ ਪਈ ਆ ਮੇਰੇ ਕੋਲੇ ਦਾ ਮਿਸ ਗਾਈਡਰ ਆਫ ਹਿੰਦੂ ਸੁਸਾਇਟੀ ਤੁਲਸੀਦਾਸ ਵੀ ਉਹਨੇ ਜੀ ਕਰਾਹੇ ਪਾਇਆ ਉਹਨੇ ਰਾਜੇ ਰਾਮ ਚੰਦਰ ਨੂੰ ਭਗਵਾਨ ਸ਼੍ਰੀ ਰਾਮ ਬਣਾ ਧਰਿਆ। ਸੋ ਪੰਜ ਸਦੀਆਂ ਪਹਿਲਾਂ ਜਦੋਂ ਤੁਲਸੀਦਾਸ ਨੇ ਵਾਲਮੀਕ ਵਾਲੀ ਰਮਾਇਣ ਜਾਂ ਜਾਤਕ ਕਥਾਵਾਂ ਜਾਂ ਹੋਰ ਜਿਹੜੀਆਂ ਚੱਲਦੀਆਂ ਸੀ ਕਹਾਣੀਆਂ ਉਹਨਾਂ ਤੋਂ ਹਟ ਕੇ ਇੱਕ ਨਵੀਂ ਰਾਮਚਰਿਤ ਮਾਨਸ ਦੇ ਰੂਪ ਦੇ ਵਿੱਚ ਰਾਮਚੰਦਰ ਦੀ ਕਥਾ ਲਿਖੀ ਉਦੋਂ ਉਹਨੇ ਉਹਨੂੰ ਭਗਵਾਨ ਸ਼੍ਰੀ ਰਾਮ ਬਣਾ ਧਰਿਆ ਪਰ ਉਹਦੇ ਵਿੱਚ ਵੀ ਕਿਉਂਕਿ ਉਹ ਅਕਬਰ ਦੇ ਰਾਜ ਵਿੱਚ ਲਿਖ ਰਿਹਾ ਵਾ ਤੇ ਜੇ ਉਹਦੇ ਉਮਰ ਦੇ ਗਿਣਤੀ ਕਰੀਏ ਤਾਂ 14-15 ਸਾਲ ਦਾ 20 ਸਾਲ ਦਾ ਉਦੋਂ ਹੋਣਾ ਜਦੋਂ ਬਾਬਰੀ ਮਸਜਿਦ ਕਹਿੰਦੇ ਆ ਵੀ ਢਾਹ ਕੇ ਬਣਾਇਆ ਜੀ ਉੱਥੇ ਰਾਮ ਮੰਦਿਰ ਸੀਗਾ ਜੀ ਉੱਥੇ ਤੋਂ ਰਾਮ ਮੰਦਿਰ ਢਾਹ ਕੇ ਬਾਬਰੀ ਮਸਜਿਦ ਢਾਉਣ ਦਾ ਜ਼ਿਕਰ ਫਿਰ ਉਹਦਾ ਲਾਜ਼ਮੀ ਕਰਦਾ। ਅਕਬਰ ਨੂੰ ਤਾਂ ਸਲਾਹ ਕੋਲ ਮੰਨਿਆ ਜਾਂਦਾ ਵੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਉਹਨੇ ਕਿਹੜਾ ਉਹਨੂੰ ਫਾਹੇ ਲਾ ਦੇਣਾ ਸੀ। ਜਿੱਥੇ ਉਹਨੇ ਰਾਮਚੰਦਰ ਨੂੰ ਭਗਵਾਨ ਬਣਾ ਧਰਿਆ ਉੱਥੇ ਉਹ ਬੱਚੇ ਵੀ ਲਿਖ ਸਕਦਾ ਸੀ ਪਰ ਉਹਨੇ ਤਾਂ ਕਿਤੇ ਜ਼ਿਕਰ ਨਹੀਂ ਕੀਤਾ ਵੀ ਇੱਥੇ ਰਾਮ ਮੰਦਿਰ ਸੀਗਾ ਫਿਰ ਉਹ ਢਾਹ ਤਾਂ ਮੇਰੇ ਸਾਹਮਣੇ ਦੀਆਂ ਗੱਲਾਂ ਨੇ ਅੱਜ ਕੱਲ੍ਹ ਇੱਥੇ ਰੌਲਾ ਪਿਆ ਜਿਵੇਂ ਅੱਜ ਕੱਲ੍ਹ ਅਸੀਂ ਆਹ ਗੱਲਾਂ ਕਰਦੇ ਹਾਂ ਤਾਂ ਅੱਜ ਇਹ ਸਾਰੀਆਂ ਗੱਲਾਂ ਅੱਜ ਦੇ ਦੌਰ ਦੀਆਂ ਕਰਦੇ ਹੀ ਆ ਤਾਂ ਉਹਨੇ ਤਾਂ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ। ਸੋ ਭਗਵਾਨ ਸ਼੍ਰੀ ਰਾਮ ਬਣਾ ਕੇ ਉਹਨੂੰ ਪੰਜ ਸਦੀਆਂ ਪ੍ਰਚਾਰ ਦੇ ਪ੍ਰਸਾਰ ਦੇ ਰਹੇ ਦੂਜੀ ਧਿਰ ਉਹਨੂੰ ਰਾਜਾ ਰਾਮਚੰਦਰ ਮੰਨਦੀ ਰਹੀ ਉਹ ਸਾਰਾ ਰੰਡੀ ਰੋਣਾ ਇਹਨਾਂ ਦਾ ਚੱਲਦਾ ਰਿਹਾ। ਅਖੀਰ ਆਹ ਜਿਹੜਾ ਹੋਣ ਵਾਲਾ ਵਕਤ ਆਇਆ 1949 ਦੇ ਵਿੱਚ ਇਹਨਾਂ ਨੇ ਬਾਬਰੀ ਮਸਜਿਦ ਵਾਲੇ ਥਾਂ ਤੇ ਰੌਲਾ ਪਾ ਤਾ ਵੀ ਇੱਥੇ ਜੀ ਰਾਮ ਲੱਲਾ ਪ੍ਰਗਟ ਹੋ ਗਿਆ ਜੀ ਇੱਥੇ ਮੰਦਿਰ ਚ ਮੂਰਤੀ ਪ੍ਰਗਟ ਹੋ ਪ੍ਰਗਟ ਪ੍ਰਗਟ ਕਾਹਦੀ ਹੁੰਦੀ ਆ ਆਪ ਹੀ ਰੱਖਤੀ ਮੁੜ ਕੇ ਰੌਲਾ ਪਾ ਤਾ। ਸੋ ਜਿਹੜਾ ਝੂਠ ਇੰਨੇ ਲੰਮੇ ਸਦੀਆਂ ਤੋਂ ਝੂਠ ਸੀ ਜਿਹਨੂੰ ਇਹ ਕਹਿੰਦੇ ਆ ਮਿਥਿਹਾਸ ਸੀ ਉਹਨੂੰ ਭਾਰਤ ਦੀ ਅਦਾਲਤ ਦੀ ਜੱਜਮੈਂਟ ਨੇ ਜਿਹੜੀ ਬਾਬਰੀ ਮਸਜਿਦ ਰਾਮ ਜਨਮ ਭੂਮੀ ਵਾਲੀ ਜੱਜਮੈਂਟ ਆ ਅਦਾਲਤ ਦਾ ਫੈਸਲਾ ਸੁਪਰੀਮ ਕੋਰਟ ਦਾ ਉਹਨੇ ਕਾਨੂੰਨੀ ਮੋਹਰ ਲਾਤੀ ਕਿ ਨਹੀਂ ਜੀ ਰਾਮਚੰਦਰ ਹੋਇਆ ਵੀ ਆ ਉਹ ਭਗਵਾਨ ਸ਼੍ਰੀ ਰਾਮ ਹੋਇਆ ਵਾ ਤੇ ਉਹ ਅਯੋਧਿਆ ਚ ਜਿੱਥੇ ਬਾਬਰੀ ਮਸਜਿਦ ਬਣਾ ਥਾ ਉੱਥੇ ਹੀ ਸੀਗਾ ਦੇਖੋ ਉਹਨੂੰ ਕਾਨੂੰਨ ਦੀ ਹੁਣ ਮੋਹਰ ਲਾਤੀ। ਇਹਦੇ ਨਾਲ ਪੂਰੀ ਰਮਾਇਣ ਜਿਹੜੀ ਕਾਲਪਨਿਕ ਨਾਵਲ ਮੰਨਿਆ ਜਾਂਦਾ ਸੀਗਾ ਉਹਨੂੰ ਹੁਣ ਜਿਹੜੇ ਹਿੰਦੂ ਹੁਣ ਤੱਕ ਕਾਲਪਨਿਕ ਨਾਵਲ ਜਾਂ ਰਾਜੇ ਦੀ ਕਹਾਣੀ ਮੰਨਦੇ ਰਹੇ ਉਹ ਵੀ ਕਸੂਤੇ ਫਸ ਗਏ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਦੇਖੋ ਤੁਸੀਂ ਸਾਰਿਆਂ ਦਾ ਲਕਸ਼ਮਣ ਦਾ ਤੇ ਕ੍ਰਿਸ਼ਨ ਦਾ ਸਾਰਿਆਂ ਦਾ ਹੀ ਜਾਣੇ ਕਿ ਜਿਹੜੇ ਰਮਾਇਣ ਦੇ ਪਾਤਰ ਆ ਉਹਨਾਂ ਸਾਰਿਆਂ ਦੇ ਜਨਮ ਸਥਾਨ ਲੱਭਣਗੇ ਮੰਦਰ ਮੁੰਦਰ ਬਣਾਉਣਗੇ ਤੇ ਉਹਨਾਂ ਸਾਰਿਆਂ ਦੇ ਲਈ ਲੜਾਈਆਂ ਜਿਹੜੀਆਂ ਨੇ ਇਹ ਬਾਬਰੀ ਮਸਜਿਦ ਤੇ ਰਾਮ ਮੰਦਿਰ ਵਾਲਾ ਮੁੱਦਾ ਹੱਲ ਨਹੀਂ ਹੋਇਆ ਹੈਗਾ ਜਿਵੇਂ ਆਹ ਡਾਕਟਰ ਅਲਿਆਸੀ ਕਹਿੰਦਾ ਸੋਚਦਾ ਨਾ ਵੀ ਬਸ ਜੀ ਚਲੋ ਉੱਥੇ ਜੇ ਹੁਣ ਉਹਨਾਂ ਦਾ ਮਸਲਾ ਹੱਲ ਹੋ ਗਿਆ ਅਸੀਂ ਹਿੰਦੂ ਤੇ ਮੁਸਲਮਾਨ ਹੁਣ ਉਹਨਾਂ ਨੇ ਭਾਰਤ ਵਿੱਚ ਹੋਰ ਮਸਜਿਦਾਂ ਨੂੰ ਵੀ ਨਿਸ਼ਾਨਾ ਬਣਾਉਣਾ ਹੈ ਤੇ ਬਹੁਤ ਸਾਰਿਆਂ ਦੇ ਰੌਲੇ ਪਹਿਲਾਂ ਪਏ ਹੋਏ ਨੇ ਪਰ ਇਸ ਸਾਰੇ ਰੌਲੇ ਗੋਲੇ ਵਿੱਚ ਸਾਡਾ ਪੱਖ ਜਿਹੜਾ ਸਿੱਖਾਂ ਦਾ ਪੱਖ ਆ ਜੇ ਉੱਧਰ ਨੂੰ ਤੁਰੀਏ ਆਪਾਂ ਉਹ ਇਹ ਆ ਕਿ ਸਾਡੇ ਵੀ ਬਹੁਤ ਸਾਰੇ ਬੰਦਿਆਂ ਨੇ ਇਹੋ ਜਿਹੀਆਂ ਕਥਾਵਾਂ ਇਹੋ ਜਿਹੇ ਗ੍ਰੰਥ ਇਹੋ ਜਿਹੀਆਂ ਗੱਲਾਂ ਕਰਨੀਆਂ ਕਰਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਹਿੰਦੂ ਭਾਈਚਾਰੇ ਦੇ ਹਿੰਦੂ ਕੱਟੜਪੰਥੀ ਲੋਕ ਬੜੀ ਮੌਜ ਨਾਲ ਕਹਿ ਸਕਦੇ ਆ ਕਿ ਜੀ ਦਰਬਾਰ ਸਾਹਿਬ ਤਾਂ ਵਿਸ਼ਨੂੰ ਦਾ ਮੰਦਰ ਆ ਤੇ ਇਸ ਗੱਲ ਤੋਂ ਅਗਲਾ ਪੁਆਇੰਟ ਇਹ ਅੱਗੇ ਮੈਂ ਇਹ ਗੱਲ ਆਪਣੇ ਇਸ ਪ੍ਰੋਗਰਾਮ 'ਚ ਕਈ ਵਾਰ ਕੀਤੀ ਆ ਪਰ ਅੱਜ ਇਹਨੂੰ ਕਹਿਣ ਦਾ ਖਾਸ ਮੌਕਾ ਆ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ 40-50 ਸਾਲਾਂ ਦੇ ਵਿੱਚ ਜਦੋਂ ਰਾਮ ਮੰਦਿਰ ਵਾਲਾ ਮੁੱਦਾ ਉੱਧਰ ਭਗਿਆ ਹੋਇਆ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਮਣਾ ਮੂੰਹ ਮੰਦਿਰ ਬਣਾਏ ਦਿੱਤੇ ਨਵੇਂ ਮੰਦਿਰ ਬਣਦੇ ਆ ਹਰ ਗਲੀ ਤੁਸੀਂ ਦੁਕਾਨ ਜੀ ਹੁੰਦੀ ਆ ਦੂਜੇ ਕਦੇ ਲੰਘੋ ਉੱਥੇ ਮੰਦਿਰ ਬਣਿਆ ਪਿਆ ਹੁੰਦਾ ਜਾਣੀ ਕਿ ਮੰਦਿਰਾਂ ਦੇ ਵਿਚਾਲੇ ਇੱਕ ਮੰਦਿਰ ਆ ਜੀ ਹਰਿਮੰਦਰ ਸਾਹਿਬ ਆਪਾਂ ਦਾ ਦਰਬਾਰ ਸਾਹਿਬ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆਏ ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਹੀ ਮੂੰਹੋਂ ਨਿਕਲਦਾ ਪਰ ਸਾਡੇ ਬਹੁਤ ਸਾਰੇ ਭਾਈਚਾਰੇ ਦੇ ਲੋਕ ਹਰਿਮੰਦਰ ਸਾਹਿਬ ਵੀ ਕਹਿੰਦੇ ਆ ਚਲੋ ਕੋਈ ਵੀ ਅੱਖਰ ਵਰਤਣਾ ਉਹ ਤਾਂ ਸਾਡੀ ਮਰਜ਼ੀ ਆ ਪਰ ਹਰਿਮੰਦਰ ਸਾਹਿਬ ਅੱਖਰ ਦੇ ਬਹਾਨੇ ਉਹ ਕਹਿੰਦੇ ਆ ਜੀ ਮੰਦਿਰਾਂ ਦੇ ਵਿਚਾਲੇ ਬਾਕੀ ਹਿੰਦੂ ਮੰਦਿਰਾਂ ਦੇ ਵਿਚਾਲੇ ਇਹ ਵੀ ਮੰਦਿਰ ਆ ਮੈਂ ਇਹ ਗੱਲ ਤਾਂ ਸੁਣਾ ਰਿਹਾ
ਕਿ ਸਾਡੇ ਆ ਬਹੁਤ ਸਾਰੇ ਬੰਦਿਆਂ ਨੇ ਉੱਥੇ ਜਾ ਕੇ ਸਟੋਰੀਆਂ ਕੀਤੀਆਂ ਨੇ ਅਯੁੱਧਿਆ ਜੋ ਕਹਿੰਦੇ ਇੱਥੇ ਤੇ ਹੋਰ ਬਹੁਤ ਮੰਦਿਰ ਆ ਬਹੁਤ ਸਾਰੇ ਮੰਦਿਰਾਂ ਦੇ ਵਿਚਾਲੇ ਬਾਬਰੀ ਮਸਜਿਦ ਵਾਲੇ ਥਾਂ ਤੇ ਵੀ ਮੰਦਿਰ ਹੋਊਗਾ ਕਦੇ ਜਿਹੜਾ ਇਹਨਾਂ ਨੇ ਢਾਤਾ ਹੋਣਾ ਮੁਸਲਮਾਨਾਂ ਨੇ ਤੇ ਉੱਥੇ ਆਪਦੀ ਮਸਜਿਦ ਬਣਾ ਲਈ ਹੋਣੀ ਆ ਤੇ ਹਿੰਦੂ ਸੱਚੇ ਨੇ ਭਾਈ ਇਹੀ ਕੰਮ ਆਪਣੇ ਨਾਲ ਵੀ ਹੋ ਸਕਦਾ ਆ ਪਿੱਛੇ ਜੇ ਰੌਲਾ ਪਿਆ ਸੀ ਵੀ ਇੱਥੇ ਰਾਮ ਅੱਖਰ ਵਾਲੀਆਂ ਉਹ ਲਾਉਂਦੇ ਫਿਰਦੇ ਆ ਇੱਟਾਂ ਤੁਸੀਂ ਚਾਣਕਿਆ ਦੇ ਚੇਲਿਆਂ ਨੂੰ ਸਮਝੋ ਉਹ ਤਾਂ ਪਹਿਲਾਂ ਉੱਥੇ ਆਪ ਹੀ ਰੌਲਾ ਪਾਤਾ ਵੀ ਮੂਰਤੀ ਪ੍ਰਗਟ ਹੋ ਗਈ ਆਪ ਹੀ ਫਿਰ ਲੜਾਈ ਅਦਾਲਤ ਚ ਲੈ ਗਏ ਤੇ ਮਸਜਿਦ ਵਿੱਚ ਲੋਕਾਂ ਦੀ ਦਾਖਲਾ ਬੰਦ ਕਰਤਾ ਫਿਰ ਹਿੰਦੂ ਪੱਖ ਨੂੰ ਐਂਟਰੀ ਮਿਲ ਗਈ ਹੌਲੀ 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 50-60 ਸਾਲ ਦੇ ਵਿੱਚ ਅਦਾਲਤ ਵਿੱਚ ਲਿਆਏ ਤੇ ਜਦੋਂ ਦੰਗੇ ਹੋ ਚੁੱਕੇ ਸਾਰਾ ਕੁਛ ਹੁਣ ਮੁਸਲਮਾਨ ਜਿਹੜਾ ਕੁਛ ਕਰ ਸਕਦੇ ਸੀ ਕਰਕੇ ਦੇਖ ਚੁੱਕੇ ਆ ਆ ਜਿਹੜਾ ਡਾਕਟਰ ਅਲਿਆਸੀ ਆ ਬੇਸ਼ੱਕ ਇਹਨੂੰ ਬੜਾ ਨਿਸ਼ਾਨੇ ਤੇ ਲਿਆ ਹੋਇਆ ਬੜੀ ਇਹਦੀ ਅਪੋਜ ਹੋ ਰਿਹਾ ਇਹਦੀ ਵਿਰੋਧਤਾ ਹੋ ਰਹੀ ਆ ਪਰ ਆਪਾਂ ਇਹ ਸੋਚੋ ਕਿ ਭਾਰਤੀ ਮੁਸਲਮਾਨ ਨੂੰ ਕਿਸੇ ਮੁਲਕ ਤੋਂ ਕਿਸੇ ਹੋਰ ਕੌਮ ਤੋਂ ਕੋਈ ਓਟ ਆਸਰਾ ਨਹੀਂ ਕੋਈ ਇਹਨਾਂ ਦੀ ਬਾਹ ਫੜ ਲਈ ਤਿਆਰ ਨਹੀਂ ਆਪਦੇ ਚ ਉਹਨਾਂ ਚ ਤੰਤ ਨਹੀਂ ਰਿਹਾ ਪਹਿਲਾਂ ਸਿੰਮੀ ਸੁੰਮੀ ਵਰਗੀਆਂ ਕੁਛ ਜਥੇਬੰਦੀਆਂ ਬਣਾਈਆਂ ਤੇ ਜਦੋਂ ਆਹ ਦਾਊਦ ਇਬਰਾਹਿਮ ਉਹਨਾਂ ਨੇ 1992 ਵਾਲੇ ਕਾਂਡ ਤੋਂ ਬਾਅਦ ਕਰਕੇ ਦਿਖਾਇਆ ਉੱਥੇ ਕੁਛ ਬੰਬ ਧਮਾਕੇ ਜਿਹੇ ਹੋਏ ਆ ਜਦੋਂ 93 ਵਾਲੇ ਉਹ ਵੀ ਦੇਖ ਲਿਆ ਵੀ ਉਹਦਾ ਵੀ ਕੁਛ ਇਹਨਾਂ ਨੂੰ ਹਿੰਦੂ ਭਾਈਚਾਰੇ ਨੂੰ ਫਾਇਦਾ ਹੋਇਆ ਹਿੰਦੂ ਕੱਟੜਵਾਦ ਨੂੰ ਫਾਇਦਾ ਹੋਇਆ ਤੇ ਗੋਧਰਾ ਹੋਇਆ ਤਾਂ ਵੀ ਮੁਸਲਮਾਨਾਂ ਦਾ ਨੁਕਸਾਨ ਹੋਇਆ ਸੋ ਇਸ ਵੇਲੇ ਭਾਰਤੀ ਮੁਸਲਮਾਨ ਜਿਹੜਾ ਅਲਿਆਸੀ ਵਰਗਾ ਉਹ ਤਾਂ ਇਹੀ ਸੋਚੂਗਾ ਨਾ ਕਿ ਆਪਦੇ ਕੌਮ ਨੂੰ ਆਪਦੇ ਬੰਦਿਆਂ ਨੂੰ ਬਚਾਈਏ ਅਸੀਂ ਲੜ ਨਹੀਂ ਸਕਦੇ ਇਹਨਾਂ ਨਾਲ ਤੇ ਜਦੋਂ ਵੀ ਭਾਰਤੀ ਮੁਸਲਮਾਨ ਇਹ ਜਿਹੜੇ ਅਲਿਆਸੀ ਵਰਗੇ ਉਹ ਇਹੀ ਸੋਚਣਗੇ ਜਦੋਂ ਵੀ ਭਾਰਤੀ ਮੁਸਲਮਾਨ ਵਿਰੋਧ ਕਰਦਾ ਹਿੰਦੂ ਕੱਟੜਵਾਦ ਦਾ ਜਦੋਂ ਵੀ ਉਹ ਕਹਿੰਦਾ ਕਿ ਬਾਬਰੀ ਮਸਜਿਦ ਸਾਡੀ ਆ ਇੱਥੇ ਬਣੂਗੀ ਅਸੀਂ ਨਹੀਂ ਦੇਣਾ ਇੱਥੇ ਰਾਮ ਮੰਦਿਰ ਨੂੰ ਥਾਂ ਜਾਂ ਅਸੀਂ ਵਾਰਾਣਸੀ ਜਾਂ ਗਿਆਨ ਬਾਪੀ ਜਾਂ ਫਲਾਨੇ ਥਾਂ ਦੇ ਉੱਤੇ ਅਸੀਂ ਆਪਦਾ ਨਹੀਂ ਛੱਡਣਾ ਕਿਉਂਕਿ ਨਾਰੇ ਜਦੋਂ ਵੱਜਦੇ ਨੇ ਕਿ ਜਿਹੜਾ ਹੈਗਾ ਅਯੋਧਿਆ ਤਾਂ ਝਾਕੀ ਹੈ ਮਥੁਰਾ ਤੇ ਹੋਰ ਕਈ ਮੁਲਕਾਂ ਦੇ ਸ਼ਹਿਰਾਂ ਦੇ ਨਾਂ ਲੈ ਕੇ ਕਹਿੰਦੇ ਆ ਵੀ ਉਹ ਹਜੇ ਬਾਕੀ ਆ ਜੋ ਉੱਥੇ ਵੀ ਅਸੀਂ ਕਰਜ਼ੇ ਕਰਨੇ ਆ ਜਦੋਂ ਜਦੋਂ ਵੀ ਭਾਰਤੀ ਮੁਸਲਮਾਨ ਹਿੰਦੂ ਕੱਟੜ ਪੰਥੀਆਂ ਦੇ ਨਾਰੇ ਜਕਾਰਿਆਂ ਦੇ ਖਿਲਾਫ ਬੋਲਦਾ ਹੈ ਤਾਂ ਉਹਦਾ ਲਾਹਾ ਹਿੰਦੂ ਤਵੀਆਂ ਨੂੰ ਮਿਲਦਾ ਕਿਉਂਕਿ ਹਿੰਦੂ ਤਵੀਆਂ ਕੋਲੇ ਸਰਕਾਰ ਦੀ ਤਾਕਤ ਵੀ ਆ ਤੇ ਹਿੰਦੂ ਤਵੀਆਂ ਕੋਲੇ ਗੋਦੀ ਮੀਡੀਆ ਵੀ ਭਾਰਤ ਦੇ ਮੁਸਲਮਾਨਾਂ ਦੀ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਉਹਨਾਂ ਨੂੰ ਤਾਂ ਕੋਈ ਥਾਂ ਦੇਣ ਨੂੰ ਤਿਆਰ ਹੀ ਨਹੀਂ ਉਹਨਾਂ ਦੇ ਜੁੱਤੀਆਂ ਪੈਂਦੀਆਂ ਨੇ ਟਕਾ ਟਕਾ ਕੇ ਜਦੋਂ ਮੀਡੀਆ 'ਚ ਸੱਦਦੇ ਆ ਉਹਨਾਂ ਦੀ ਲਿਖਾ ਆ ਜਿਹੜੀਆਂ ਰੱਖੀਆਂ ਨੇ 30-35 ਇਹਨਾਂ ਨੇ ਨੌਜਵਾਨ ਕੁੜੀਆਂ ਉਹੀ ਨੇ ਉਹਨਾਂ ਨੂੰ ਵਾਰੇ ਆਉਣ ਦਿੰਦੀਆਂ ਤੇ ਇਹ ਸਿੱਖਾਂ ਨਾਲ ਵੀ ਵਾਪਰਨਾ ਜਿਹੜੇ ਆ ਸਿੱਖ ਭੂਤਰੇ ਫਿਰਦੇ ਆ ਨਾ ਮੈਂ ਕਈ ਵਾਰੀ ਕਹਿ ਚੁੱਕਿਆ ਹੈਗਾ ਨਾ ਜਾਇਆ ਕਰੋ ਚੈਨਲਾਂ ਤੇ ਕੱਲ ਵੀ ਇੱਕ ਪਿੰਟਦਾ ਸੀਗਾ ਇੱਥੇ ਸੋਸ਼ਲ ਮੀਡੀਆ ਤੇ ਪਾ ਕੇ ਫੋਟੋ ਵੀ ਮੇਰੀ ਤਾਂ ਗੱਲ ਹੀ ਨਹੀਂ ਹੋਣ ਦਿੱਤੀ ਤੇ ਸਾਰੇ ਦਾ ਸਾਰਾ ਹਿੰਦੂ ਕੱਟੜ ਪੰਥੀ ਉਹ ਸਾਂਢਲੀਆ ਸੁੰਢਲੀਆ ਜਿਹੜਾ ਹੈਗਾ ਉਹ ਬੋਲੀ ਗਿਆ ਤੋ ਜਿਹੜੇ ਭਾਰਤ ਦੇ ਗੋਦੀ ਮੀਡੀਆ ਦੇ ਚੈਨਲ ਨੇ ਉੱਥੇ ਮੁਸਲਮਾਨਾਂ ਦੇ ਇੱਕ ਅੱਧੇ ਭੋਲੂ ਜੇ ਨੂੰ ਸੱਦ ਲੈਣਾ ਉਹਨਾਂ ਨੇ ਤੇ 30-35 ਜਾਣੇ ਟੁੱਟ ਕੇ ਉਹਨੂੰ ਪੈ ਜਾਂਦੇ ਆ ਉਹ ਬੰਦਾ ਉੱਥੇ ਵੀ ਡੋਰ ਭੋਰ ਹੋਇਆ ਫਿਰਦਾ ਹੁੰਦਾ ਸੋ ਸੱਚਾਈ ਇਹ ਆ ਕਿ ਭਾਰਤੀ ਮੁਸਲਮਾਨ ਨੇ ਇਹ ਮੰਨ ਲਿਆ ਹੈ ਕਿ ਮੇਰੀ ਇਸ ਮੁਲਕ ਵਿੱਚ ਕੋਈ ਸੁਣਵਾਈ ਨਹੀਂ ਹਥਿਆਰਬੰਦ ਹੋ ਕੇ ਮੈਂ ਇਹਦੇ ਨਾਲ ਲੜ ਨਹੀਂ ਸਕਦਾ ਤੇ ਮੈਂ ਆਪਦੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਦੀਆਂ ਆਉਣ ਵਾਲੇ ਸਮੇਂ ਨੂੰ ਸਕਿਓਰ ਕਰਨ ਲਈ ਹੁਣ ਜਾਵੇ ਕਿਤੇ ਨਾ ਉਹ ਪਾਕਿਸਤਾਨ ਜਾ ਸਕਦਾ ਨਾ ਉਹ ਭਾਰਤੀ ਮੁਸਲਮਾਨ ਇੱਥੋਂ ਕਿਸੇ ਪਾਸੇ ਹੋਰ ਉਹ ਕਸ਼ਮੀਰ ਵਾਂਗੂ ਅੜਨ ਚੜਨ ਮਰਨ ਜੋਗਾ ਵੀ ਹੈ ਨਹੀਂ ਪੰਜਾਬ ਦੇ ਮੁਸਲਮਾਨ ਨੂੰ ਤਾਂ ਸੌਖਾ ਹੀ ਬੜਾ ਉਹ ਇੱਥੇ ਤਾਂ ਨਜ਼ਾਰੇ ਨੇ ਉਹਨੂੰ ਕਿਉਂਕਿ ਜਿਹੜਾ ਹਾਦਾ ਨਾਰਾ ਮਾਰਿਆ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਜਾਂ ਸਾਡਾ ਉਵੇਂ ਦਾ ਸੁਭਾਅ ਹੀ ਨਹੀਂ ਸਿੱਖ ਦਾ ਜਿਵੇਂ ਦਾ ਮੁਸਲਮਾਨ ਪ੍ਰਤੀ ਹਿੰਦੂ ਦੀ ਨਫ਼ਰਤ ਹਿੰਦੂ ਨੇ ਮੁਸਲਮਾਨ ਨਾਲ ਜੋ ਵਿਹਾਰ ਕਰਨਾ ਉਹ ਹਿੰਦੂ ਦੀ ਮਰਜ਼ੀ ਆ ਵੀ ਉਹ ਕਿਵੇਂ ਕਰੇ ਇਸ ਗੱਲ ਨੂੰ ਭਾਰਤੀ ਮੁਸਲਮਾਨਾਂ ਨੇ ਮੰਨ ਲਿਆ ਹੋਇਆ ਤੇ ਆ ਅਲਿਆਸੀ ਹੁਣੀ ਇਹੀ ਸੋਚਦੇ ਆ ਕਿ ਨਾ ਤਾਂ ਅਸੀਂ ਇਹਨਾਂ ਨਾਲ ਹਥਿਆਰਬੰਦ ਹੋ ਕੇ ਲੜ ਸਕਦੇ ਹਾਂ ਨਾ ਅਸੀਂ ਇਹਨਾਂ ਦੀ ਸਿਆਸੀ ਤੌਰ ਤੇ ਵਿਰੋਧਤਾ ਕਰ ਸਕਦੇ ਹਾਂ ਫਿਰ ਤਾਂ ਅਧੀਨਗੀ ਮੰਨ ਲਈਏ ਕਿ ਅਸੀਂ ਤਾਂ ਜੀ ਤੁਹਾਡੇ ਰੱਖਣ ਦੇ ਹਾਂ ਅਸੀਂ ਤਾਂ ਤੁਹਾਡੇ ਮਹਤਾਜ ਹਾਂ ਹੁਣ ਭਾਰਤ ਦੇ ਬਹੁਤੇ ਮੁਸਲਮਾਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੰਦੂ ਚੇਤਨਾ ਦੀ ਅਧੀਨਗੀ ਅਤੇ ਈਨ ਮੰਨ ਲਈ ਹੈ ਇਸ ਗੱਲ ਦਾ ਉਹ ਕੋਈ ਨਾ ਕੋਈ ਪੱਜ ਜਿਹਾ ਬਣਾ ਕੇ ਤਾਂ ਕਰਦੇ ਆ ਵੀ ਚਲੋ ਜੀ ਸਾਡੀ ਵੀ ਰਹਿ ਗਈ ਜਿਵੇਂ ਜਿੱਦਣ ਜੱਜਮੈਂਟ ਬਣੀ ਉਦਣ ਸੋਚਦੇ ਹੋਣੇ ਆ ਵੀ ਵਧੀਆ ਹੀ ਆ ਜੱਜਮੈਂਟ ਜਿਹਦੇ ਵਿੱਚ ਲਿਖਿਆ ਹੋਇਆ ਵਾ ਬਈ ਇੱਥੇ ਬਾਬਰੀ ਮਸਜਿਦ ਵਾਲੇ ਥਾਂ ਤੋਂ ਕੋਈ ਸਬੂਤ ਨਹੀਂ ਮਿਲਿਆ ਕਿ ਮੰਦਿਰ ਤੋੜ ਕੇ ਮਸਜਿਦ ਬਣੀ ਆ
ਕਿੰਨਾ ਖੁਸ਼ ਹੋਏ ਹੋਣੇ ਆ ਭਾਰਤੀ ਮੁਸਲਮਾਨ ਵੀ ਦੇਖੋ ਅਦਾਲਤ ਵਿੱਚ ਅਸੀਂ ਸੱਚੇ ਸਾਬਤ ਹੋਏ। ਅੱਜ ਕਿਸੇ ਨੂੰ ਚੇਤਾ ਵੀ ਜੱਜਮੈਂਟ 'ਚ ਕੀ ਲਿਖਿਆ ਹੋਇਆ ਸੀ? ਅੱਜ ਕਿਸੇ ਨੇ ਚਰਚਾ ਕੀਤੀ ਆ ਵੀ ਅਦਾਲਤ ਦੀ ਜੱਜਮੈਂਟ ਵਿੱਚ ਤਾਂ ਇਹ ਲਿਖਿਆ ਹੋਇਆ ਵਾ ਕਿ ਇੱਥੇ ਕੋਈ ਮੰਦਿਰ ਤੋੜ ਕੇ ਮਸਜਿਦ ਨਹੀਂ ਬਣਾਈ ਗਈ। ਉਲਟਾ ਜੱਜਮੈਂਟ 'ਚ ਤਾਂ ਇਹ ਲਿਖਿਆ ਹੋਇਆ ਸੁਪਰੀਮ ਕੋਰਟ ਦੀ ਵਿੱਚ ਕਿ ਮਸਜਿਦ ਤੋੜਨਾ ਗੁਨਾਹ ਆ, ਜੁਰਮ ਆ, ਪਾਪ ਆ, ਅਪਰਾਧ। ਪਰ ਅੱਜ ਦੀ ਤਰੀਕ ਵਿੱਚ ਮੁਸਲਮਾਨਾਂ ਦਾ ਪੱਖ ਕਿਤੇ ਨਹੀਂ ਆ ਰਿਹਾ। ਗੋਦੀ ਮੀਡੀਆ ਤੇ ਮੋਦੀ ਸਰਕਾਰ ਨੇ ਇਹ ਲੱਗਣ ਲਾਇਆ ਪਿਆ ਵੀ ਦੇਖਿਆ ਫਿਰ ਅਕਲ ਟਿਕਾਣੇ ਲਿਆਤੀ ਨਾ ਭਾਰਤੀ ਮੁਸਲਮਾਨਾਂ ਦੀ, ਬਣਾ ਤਾ ਨਾ ਮੰਦਿਰ ਉੱਥੇ, ਮੰਦਿਰ ਵਹੀ ਬਣਾਏਗੇ ਕਹਿੰਦੇ ਹੁੰਦੇ ਸੀ ਤੇ ਬਣਾ ਕੇ ਦਿਖਾ ਤਾ ਉੱਥੇ, ਤੇ ਅਸੀਂ ਜੇਤੂ ਹਾਂ ਤੇ ਮੁਸਲਮਾਨ ਅਸੀਂ ਫਨਾਹ ਕਰਤਾ, ਅਸੀਂ ਉਹਨੂੰ ਢਾ ਲਿਆ, ਅਸੀਂ ਉਹਨੂੰ ਘੇਰ ਲਿਆ, ਅਸੀਂ ਉਹਨੂੰ ਕਿਸੇ ਪਾਸੇ ਜਾਣ ਜੋਗਾ ਛੱਡਿਆ ਨਹੀਂ। ਹੁਣ ਭਾਰਤੀ ਮੁਸਲਮਾਨ ਵਾਲੇ ਥਾਂ ਦੇ ਉੱਤੇ ਆਪਾਂ ਆਪਦੀ ਕੌਮ ਨੂੰ ਰੱਖ ਕੇ ਸੋਚੋ ਕਿ ਜੇ ਭਵਿੱਖ ਦੇ ਵਿੱਚ ਸਿੱਖਾਂ ਨੂੰ ਉੱਥੇ ਲਿਆ ਕੇ ਹਾਲਾਤ ਸੁੱਟਣ ਤਾਂ ਸਾਡੇ ਲੀਡਰ ਜਿਹੜੇ ਆ ਉਹ ਅਲਿਆਸੀ ਵਾਂਗੂ ਕਰਨਗੇ ਕਿ ਨਹੀਂ? ਇਹ ਤਾਂ ਹੁਣ ਤਿਆਰ ਬੈਠੇ ਨੇ। ਜਿਹੜੀਆਂ ਗੜਬੜਾਂ, ਜਿਹੜੀਆਂ ਗਲਤੀਆਂ, ਇੱਕ ਵਾਰੀ ਖਾਲਿਸਤਾਨ ਦੀ ਲਹਿਰ ਤੇ ਕਸ਼ਮੀਰ ਦੀ ਆਜ਼ਾਦੀ ਲਹਿਰ ਬਾਰੇ ਚਰਚਾ ਚੱਲ ਰਹੀ ਸੀ ਤੇ ਇੱਕ ਸੱਜਣ ਨੇ ਕਮੈਂਟ ਕੀਤਾ ਸੀ ਉੱਥੇ ਮੇਰੇ ਨਾਲ ਗੱਲ ਕਰਦੇ ਆ ਕਿ ਜੀ ਜਦੋਂ ਪਾਕਿਸਤਾਨ ਖਾਲਿਸਤਾਨ ਦੀ ਲਹਿਰ ਨਾਲ ਵਾਵਸਤਾ ਹੋਇਆ ਇੱਥੋਂ ਸਿੱਖੇ ਹੋਏ ਸਬਕ ਉਹਨੇ ਕਸ਼ਮੀਰ ਵਿੱਚ ਲਾਗੂ ਕੀਤੇ। ਚਲੋ ਹੁਣ ਆ ਜਾਓ ਆਪਾਂ ਆਪਾਂ ਦੇਖ ਲਿਆ ਕਿ ਬਾਬਰੀ ਮਸਜਿਦ ਤੇ ਹੋਰ ਬਹੁਤ ਸਾਰੀਆਂ ਮਸਜਿਦਾਂ ਨੂੰ ਟਾਰਗੇਟ ਕਰਕੇ ਮੁਸਲਮਾਨਾਂ ਦੀਆਂ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਦੇ ਮੁਸਲਮਾਨਾਂ ਨੂੰ ਦਬਾਉਣ ਲਈ, ਇਸਲਾਮ ਨੂੰ ਨੀਵਾਂ ਦਿਖਾਉਣ ਲਈ ਤੇ ਹਿੰਦੂ ਤਵੀ ਦੇ ਹੰਕਾਰ ਨੂੰ ਉੱਚਾ ਦਿਖਾਉਣ ਲਈ ਜੋ ਕੁਝ ਪਿਛਲੇ 40-50-60 ਸਾਲਾਂ 'ਚ ਕੀਤਾ ਗਿਆ ਉਹ ਸਾਡੇ ਸਾਹਮਣੇ ਆ। ਸੋ ਭਾਰਤ ਦੇ ਮੁਸਲਮਾਨਾਂ ਦਾ, ਇਸਲਾਮ ਅਤੇ ਹਿੰਦੂ ਤਵੀਆਂ ਦਾ ਸਾਰਾ ਲੇਖਾ ਜੋਖਾ ਕਰਕੇ ਆਪਾਂ ਵੀ, ਸਿੱਖ ਵੀ ਕੁਛ ਸੋਚਣ, ਕੁਛ ਵਿਚਾਰਨ ਕਿ ਜੇ ਸਾਡੇ ਨਾਲ ਆ ਕੁਛ ਵਾਪਰਿਆ ਤੇ ਆਪਾਂ ਉਦੋਂ ਕੀ ਕਰਾਂਗੇ। ਇਹ ਗੱਲ ਵੱਖਰੀ ਆ ਕਿ ਸਾਡੇ ਵਿੱਚ ਅਜੇ ਕਾਣਵ ਆ, ਅਜੇ ਸਾਡੇ ਲੱਤਾਂ 'ਚ ਜਾਨ ਹੈਗੀ ਆ ਕੌਮ ਦੇ ਵਿੱਚ, ਲੀਡਰਸ਼ਿਪ ਵਾਲੇ ਪਾਸਿਓਂ ਬਿਲਕੁਲ 100% ਨਹੀਂ 200% ਨਾ ਆ। ਉਹ ਸਾਰੇ ਦੇ ਸਾਰੇ ਸਿਆਸੀ ਭਲਵਾਨ, ਚਾਹੇ ਉਹ ਕਿਸੇ ਵੀ ਜਮਾਤ ਦੇ ਹੋਣ ਸਿਆਸੀ ਤੌਰ ਦੇ ਉੱਤੇ, ਉਹ ਸਾਰੇ ਦੇ ਸਾਰੇ ਹਾਰੇ ਹੰਬੇ ਹੋਏ ਨੇ, ਉਹ ਹਿੰਦੂ ਚੇਤਨਾ ਦੇ ਮੂਹਰੇ ਗੋਡੇ ਟੇਕ ਚੁੱਕੇ ਆ। ਇਹ ਤਾਂ ਸਾਡੇ ਸਿੱਖ ਕੌਮ ਦਾ ਇਤਿਹਾਸ ਜਾਂ ਸਾਡਾ ਸਿਧਾਂਤ ਆ ਜਿਹੜਾ ਸਾਨੂੰ ਡਿੱਗਣ ਨਹੀਂ ਦੇ ਰਿਹਾ। ਪਰ ਆਪਾਂ ਇਸ ਗੱਲ ਤੇ ਚਰਚਾ ਕਰਿਆ ਕਰੀਏ, ਆਪਾਂ ਕੋਈ ਰਣਨੀਤੀ, ਕੋਈ ਇਸ ਗੱਲ ਦਾ ਸੋਚੀਏ ਕਿ ਅਗਲੇ ਤਾਂ ਵਿਸ਼ਨੂੰ ਮੰਦਿਰ ਕਹਿਣ ਲੱਗੇ ਹੋਏ ਨੇ, ਅਗਲੇ ਤਾਂ ਬਹੁਤ ਸਾਰੇ ਆਪਦੇ ਚੇਲੇ ਬਾਲਕਿਆਂ ਨੂੰ ਸਿੱਖ ਸਰੂਪ ਦੇ ਵਿੱਚ ਖੜਾ ਕਰਕੇ ਸਾਡੇ ਧਰਮ ਦੇ ਇਤਿਹਾਸ ਨੂੰ ਤੇ ਸਾਡੇ ਸਿਧਾਂਤ ਨੂੰ ਹਿੰਦੂ ਕਰਨ ਕਰੀ ਜਾ ਰਹੇ ਨੇ। ਸੋ ਸਾਡੇ ਧਰਮ ਦੇ ਉੱਤੇ ਜਿਹੜਾ ਹਮਲਾ ਹਿੰਦੂ ਤਵੀ ਤਾਕਤਾਂ ਨੇ ਕੀਤਾ ਹੋਇਆ ਉਹ ਇਸਲਾਮ ਦੇ ਉੱਤੇ ਜਾਂ ਭਾਰਤੀ ਮੁਸਲਮਾਨਾਂ ਦੇ ਹਮਲੇ ਦੇ ਵਾਂਗ ਹੀ ਹੈ। ਪਰ ਸਾਡੇ ਬੰਦੇ ਜਿਹੜੇ ਨੇ ਉਹ ਇਹ ਸੋਚਦੇ ਆ ਕਿ ਬਾਬਰੀ ਮਸਜਿਦ ਦਾ ਮਸਲਾ ਹੋਰ ਆ, ਦਰਬਾਰ ਸਾਹਿਬ ਦੇ ਨੂੰ ਵਿਸ਼ਨੂੰ ਮੰਦਿਰ ਕਹਿਣ ਦਾ ਮਸਲਾ ਹੋਰ ਆ। ਨਹੀਂ ਭਾਈ, ਹਿੰਦੂ ਤਵੀ ਚੇਤਨਾ ਜਿਵੇਂ ਬਾਬਰੀ ਮਸਜਿਦ ਢਾ ਕੇ ਉਸ ਥਾਂ ਦੇ ਉੱਤੇ ਇੱਕ ਮਨੋਕਲਪਤ ਰਾਮ ਚੰਦਰ ਨੂੰ ਮੰਦਿਰ ਬਣਾ ਕੇ ਉੱਥੇ ਉਹਦਾ ਪੂਰਾ ਕਾਨੂੰਨੀ ਤੌਰ ਦੇ ਉੱਤੇ ਆਸਥਾ ਦੇ ਜ਼ੋਰ ਨਾਲ ਵੀ ਸਾਡੀ ਸਮੂਹਕ ਚੇਤਨਾ ਕਹਿੰਦੀ ਹੈ ਜੀ ਇੱਥੇ ਮੰਦਿਰ ਬਣਨਾ ਚਾਹੀਦਾ, ਇਹ ਤਾਂ ਰਾਮ ਮੰਦਿਰ ਬਣਾ ਭਗਵਾਨ ਸੀ, ਉਵੇਂ ਦਾ ਹੀ ਸਮੂਹਕ ਹਿੰਦੂ ਚੇਤਨਾ ਦਾ ਮਾਨ ਮੰਨਣਾ ਵਾ ਕਿ ਦਰਬਾਰ ਸਾਹਿਬ ਸਿੱਖਾਂ ਦਾ ਜਾਂ ਸਿੱਖ ਕੋਈ ਵੱਖਰੀ ਕੌਮ ਦਾ ਕੋਈ ਨਹੀਂ ਹੈ, ਇਹ ਤਾਂ ਸਾਡੀ ਹਿੰਦੂਆਂ ਦਾ ਹੀ ਇੱਕ ਨਿੱਕੀ ਜਿਹੀ ਸਾਖ ਆ ਤੇ ਇਸ ਸਾਖ ਦੇ ਵਿੱਚ ਜਿਹੜੇ ਖਾਲਸੇ ਸੀ ਉਹ ਉਦੋਂ ਮੁਸਲਮਾਨਾਂ ਤੋਂ ਹਮਲਿਆਂ ਤੋਂ ਬਚਾਉਣ ਲਈ ਅੰਮ੍ਰਿਤਧਾਰੀ ਸਿੰਘ ਪੈਦਾ ਕੀਤੇ ਸੀ, ਉਹ ਵੀ ਸਾਡੇ ਗੁਰੂ ਸਾਹਿਬਾਨ ਜਿਹੜੇ ਸੀ ਹਿੰਦੂਆਂ ਚੋਂ ਹੀ ਸੀ ਤੇ ਹਿੰਦੂਆਂ ਦੇ ਹੀ ਕੁਛ ਮੁੰਡਿਆਂ ਨੂੰ ਖਾਲਸੇ ਸਜਾ ਕੇ ਉਦੋਂ ਲੋੜ ਸੀਗੀ। ਤੋ ਇਹ ਸਾਰੀ ਗੱਲ ਅਗਲੇ ਲਗਾਤਾਰ ਕਹਿੰਦੇ ਕਰਦੇ ਆ ਰਹੇ ਹਨ। ਇਸੇ ਚੀਜ਼ ਨੂੰ ਆਪਾਂ ਸਿੱਖ ਆਇਡੈਂਟੀ ਕ੍ਰਾਈਸਿਸ ਕਹਿੰਦੇ ਹਾਂ। ਔਰ ਸਿੱਖ ਕੌਮ ਦੀ ਹੋਂਦ ਹਸਤੀ, ਸਿੱਖ ਸਿਧਾਂਤ ਅਤੇ ਇਤਿਹਾਸ ਦੇ ਉੱਤੇ ਜਿਹੜੀ ਇਹ ਘੇਰਾਬੰਦੀ ਹੋ ਰਹੀ ਆ, ਇਹਦੇ ਬਾਰੇ ਚਰਚਾ ਕਰ ਕਰਾ ਕੇ ਸਾਨੂੰ ਕੋਈ ਰਣਨੀਤੀ ਬਣਾਉਣੀ ਪਊਗੀ। ਨਹੀਂ ਤਾਂ ਜਿਹੜੇ ਆ ਡਾਕਟਰ ਉਮਰ ਅਹਿਮਦ ਅਲਿਆਸੀ ਵਰਗੇ ਨੇ ਜਿਹੜੇ ਸ਼ਾਹੀ ਇਮਾਮ ਬਣੇ ਫਿਰਦੇ ਆ,
ਉਵੇਂ ਹੀ ਇੱਥੇ ਤਾਕਤਾਂ ਦੇ ਜਥੇਦਾਰ ਇੱਥੇ ਜਿਹੜੇ ਸਿਆਸੀ ਸਾਡੇ ਲੀਡਰ ਨੇ ਇਹ ਵੀ ਕਿਸੇ ਨਾ ਕਿਸੇ ਦਿਨ ਹਿੰਦੂ ਚੇਤਨਾ ਦੇ ਮੂਹਰੇ ਗੋਡੇ ਟੇਕ ਕੇ ਸਾਡੇ ਲਈ ਸ਼ਰਮਨਾਕ ਹਾਲਾਤ ਪੈਦਾ ਕਰਨਗੇ। ਭਾਰਤੀ ਮੁਸਲਮਾਨਾਂ ਦਾ ਸਰ ਗਿਆ, ਉਹਨਾਂ ਨੇ ਅਧੀਨਗੀ ਤੇ ਈਨ ਮੰਨ ਕੇ ਮਥਾਜਗੀ ਹਿੰਦੂਆਂ ਦੇ ਕੋਲੇ ਦਿਖਾ ਕੇ ਟਾਈਮ ਕੱਢਣ ਦਾ ਫੈਸਲਾ ਕਰ ਲਿਆ। ਪਤਾ ਨਹੀਂ ਅੱਗੇ ਕੀ ਬੀਤਦੀ ਆ, ਚੰਗਾ ਤਾਂ ਉਹਨਾਂ ਨਾਲ ਹੋਣਾ ਨਹੀਂ ਕਿਉਂਕਿ ਉਹਨਾਂ ਦਾ ਖਰੜਾ ਥੋੜੀ ਛੱਡਣ ਲੱਗੇ, ਅਗਲੇ ਹੁਣ ਪੂਰੀ ਤਰ੍ਹਾਂ ਜਲੂਸ ਕੱਢਣਗੇ। ਅਸਲ ਵਿੱਚ ਤਾਂ ਜਿਹੜੀ ਹਿੰਦੂਆਂ ਨੇ ਸਦੀਆਂ ਤੱਕ ਛੱਤਰ ਖਾਧੇ ਆ ਇਸਲਾਮ ਤੋਂ, ਮੁਸਲਮਾਨ ਧਾੜਵੀਆਂ ਤੋਂ, ਉਹਦਾ ਬਦਲਾ ਲੈਣ ਨੂੰ ਫਿਰਦੇ ਆ, ਪਰ ਉਹਨਾਂ ਨੇ ਭਲੀ ਸਿੱਖਾਂ ਨਾਲ ਤਾਂ ਨਹੀਂ ਕਰਨੀ। ਹੁਣ ਸਿੱਖ ਵਾਲੇ ਬੀਬੇ ਬਾਲਕ ਜੇ ਪੇਮੀ ਦੇ ਨਿਆਣੇ ਬਣ ਬਣ ਕੇ ਦਿਖਾਉਣ ਤਾਂ ਇਹ ਸਿੱਖਾਂ ਦੀ ਆਪਦੀ ਕਰਤੂਤ ਆਪਦੀ ਗਲਤੀ ਹੋਊਗੀ। ਹਿੰਦੂ ਨੇ ਤਾਂ ਪੂਰਾ ਆਪਦਾ ਪੱਤੇ ਖੋਲ ਦਿੱਤੇ ਆ। ਜਿਹੜੇ ਹਿੰਦੂ ਨੂੰ ਜਿਹੜੇ ਸਿੱਖ ਨੂੰ ਅਜੇ ਵੀ ਜਾਪਦਾ ਵੀ ਸਾਡੀ ਭਾਈਚਾਰਕ ਸਾਂਝ ਰਹਿਣੀ ਚਾਹੀਦੀ ਆ, ਸਾਡੇ ਉਹ ਲੀਡਰ ਜਿਹੜੇ ਸਹਿ ਹੋਂਦ ਰੱਖਦੇ ਆ, ਜਿਹੜੇ ਹਿੰਦੂ ਦਾ ਖਿਆਲ ਰੱਖਦੇ ਆ, ਉਹ ਵਧੀਆ ਨੇ, ਤੇ ਜਿਹੜੇ ਸਿੱਖ ਆਪਦੇ ਧਰਮ ਚ ਪਰਪੱਕ ਹੋਣ ਦਾ ਹੋਕਾ ਦਿੰਦੇ ਆ, ਜਿਹੜੇ ਆਪਦੇ ਧਰਮ ਦੇ ਹਿੱਤਾਂ ਦੀ ਹੱਕਾਂ ਦੀ ਗੱਲ ਕਰਦੇ ਆ ਵੀ ਉਹ ਤਾਂ ਪਾਕਿਸਤਾਨ ਦੇ ਏਜੰਟ ਨੇ, ਉਹ ਤਾਂ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਆ, ਜਿਹੜੇ ਇਹੋ ਜਿਹੇ ਭੋਲੂ ਜੇ ਸਿੱਖ ਨੇ ਇਹ ਮਰਵਾਉਣਗੇ। ਮੌਜੂਦਾ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਇਹੋ ਜਿਹੇ ਸਿੱਖ ਬਹੁਤ ਵਧੀਆ ਲੱਗਦੇ ਆ ਜਿਹੜੇ ਹਿੰਦੂ ਸਿੱਖ ਏਕਤਾ ਦੇ ਗੁਣ ਗਾਉਣ, ਤੇ ਜਿਹੜੇ ਸਿੱਖੀ ਚ ਪਰਪੱਕ ਹੋਣ ਦੀ ਗੱਲ ਕਰਨ ਉਹਨੂੰ ਪਾਕਿਸਤਾਨ ਦਾ ਏਜੰਟ ਕਹਿ ਕੇ ਉਹਨੂੰ ਫਿਰਕਾ ਪ੍ਰਸਤੀ ਵਾਲ, ਔਰ ਇਹੀ ਪੱਤੇ ਇਹੀ ਸਾਰੀਆਂ ਗੱਲਾਂ ਭਾਰਤੀ ਮੁਸਲਮਾਨ ਨਾਲ ਹੋਈਆਂ ਸੀ। ਜਦੋਂ ਵੀ ਕੋਈ ਭਾਰਤੀ ਮੁਸਲਮਾਨ ਇਹ ਕਹਿੰਦਾ ਸੀ ਕਿ ਸਾਨੂੰ ਸਾਡੇ ਧਰਮ ਸਥਾਨ ਜਾਂ ਸਾਡੇ ਧਰਮ ਚ ਪਰਪੱਕ ਹੋਣਾ ਚਾਹੀਦਾ ਸੀ, ਕਹਿੰਦੇ ਸੀ ਇਹ ਜਿਹਾਦੀ ਆ, ਇਹ ਕੱਟੜਪੰਥੀ ਆ, ਤੇ ਇਹ ਭਾਰਤੀ ਨਹੀਂ ਹੈਗਾ, ਇਹਨੂੰ ਇਹ ਜੇ ਬਾਹਲਾ ਔਖੇ ਪਾਕਿਸਤਾਨ ਚਲੇ ਜਾਓ। ਆਹੀ ਕੁਛ ਸਿੱਖਾਂ ਨਾਲ ਹੋਣਾ, ਸਿੱਖ ਸਿਆਣੇ ਬਣਨ ਤੇ ਸਿੱਖ ਕੌਮ ਆਪਦੇ ਹੱਕਾਂ ਹਿੱਤਾਂ ਲਈ ਕੋਈ ਰਣਨੀਤੀ ਬਣਾਵੇ। ਆ ਜਿਹੜਾ ਕੁਛ ਭਾਰਤ ਦੇ ਮੁਸਲਮਾਨਾਂ ਨਾਲ ਹੋ ਰਿਹਾ ਆਪਣੇ ਨਾਲ ਵੀ ਵਾਪਰੂਗਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਭ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।